ਸਤਿਕਾਰ ਯੋਗ ਗੁਰੂ ਕੀ ਸਾਜੀ ਨਿਵਾਜੀ ਹੋਈ ਗੁਰੂ ਸਾਧ ਸੰਗਤ ਜੀਓ, ਸਨੇਮਰ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਰਮ ਪਵਿੱਤਰ ਗੋਦ ਵਿੱਚ ਬੈਠ ਕੇ ਮਾਲਕ ਜੀ ਦੇ ਬਖਸ਼ੇ ਹੋਏ ਸਮੇਂ ਤੇ ਸਵਾਸਾਂ ਦਾ ਲਾਹਾ ਲੈਣ ਦੇ ਪਲ ਮਾਲਕ ਜੀ ਨੇ ਬਖਸ਼ੇ ਨੇ। ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬੈਠ ਕੇ ਜੀਵਨ ਦੇ ਲੇਖੇ ਜੋਖੇ ਦਾ ਸ਼ਾਇਦ ਕਿਤੇ ਧਿਆਨ ਆ ਜਾਏ। ਆਪ ਜੀ ਮਹਾਂਪੁਰਖਾਂ ਤੋਂ, ਉਹਨਾਂ ਦੇ ਇਲਾਹੀ ਮੁਖ ਤੋਂ ਇਲਾਹੀ ਪ੍ਰਵਚਨ ਸਰਵਣ ਕਰ ਰਹੇ ਸੀ। ਮਹਾਨ ਗੁਰਸਿੱਖੀ ਹੈ ਇਹ ਮਿਲਦੀ ਤਦ ਹੈ ਜਦ ਸਤਿਗੁਰ ਦੀ ਸਮਝ ਆ ਜਾਏ। ਗੁਰੂ ਨੂੰ ਸਮਝ, ਸਤਿਗੁਰ ਨੂੰ ਸਮਝ, ਉਹ ਤੈਨੂੰ ਦੇਣਾ ਕੀ ਚਾਹੁੰਦੇ ਨੇ। ਪਾਤਸ਼ਾਹ ਜੀ ਕਹਿੰਦੇ ਨੇ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਗੈਰ ਘੋਰ ਹਨੇਰਾ ਹੈ। ਸਤਿਗੁਰ ਦੀ ਉਸ ਸੋਝੀ ਤੋਂ ਬਗੈਰ ਮੁਮਕਿਨ ਹੀ ਨਹੀਂ, ਬਹੁਤ ਕਠਿਨ ਹੈ। ਇਸ ਬੁਝਾਰਤ ਨੂੰ ਸਮਝਣਾ ਕਿ ਘੋਰ ਹਨੇਰਾ ਹੈ ਕੀ, ਆ ਪ੍ਰਕਾਸ਼ ਆਪ ਜੀ ਸਾਹਮਣੇ ਦੇਖ ਰਹੇ ਹੋ, ਇਹ ਕਿਸੇ ਨੂੰ ਕੁਝ ਦਿੰਦਾ ਨਹੀਂ, ਨਾ ਹੀ ਕਿਸੇ ਤੋਂ ਕੁਝ ਲੈ ਰਿਹਾ। ਪਰ ਇਹ ਪ੍ਰਕਾਸ਼ ਇੱਕ ਕੰਮ ਕਰ ਰਿਹਾ, ਜੋ ਵਸਤੂ ਪਈ ਹੈ ਉਸਨੂੰ ਅਸਲੀ ਦਿਖਾ ਰਿਹਾ। ਆਖੋ ਸਤਨਾਮ, ਵਾਹਿਗੁਰੂ। ਫਿਰ ਬੇਨਤੀ ਸੁਣ ਲਈ, ਇਹ ਪ੍ਰਕਾਸ਼ ਕਿਸੇ ਨੂੰ ਕੁਝ ਦਿੰਦਾ ਨਹੀਂ, ਨਾ ਹੀ ਕਿਸੇ ਤੋਂ ਕੁਝ ਲੈਂਦਾ। ਪਰ ਤੁਸੀਂ ਦੇਖੋਗੇ ਇਸ ਪ੍ਰਕਾਸ਼ ਦੇ ਥੱਲੇ ਜਿਹੜੀ ਵੀ ਚੀਜ਼ ਪਈ ਹੈ ਉਸਦਾ ਅਸਲੀ ਰੂਪ ਇਹ ਦਿਖਾ ਦਿੰਦਾ। ਹਨੇਰੇ ਵਿੱਚ ਕਦੇ ਕਦੇ ਸੱਪੀ ਸੱਪ ਜਿਹੜੀ ਰੱਸੀ ਹੈ ਉਹ ਸੱਪ ਲੱਗਦੀ ਹੈ। ਭਰਮ ਪੈ ਗਿਆ, ਤੁਸੀਂ ਰਸਤੇ ਵਿੱਚ ਜਾ ਰਹੇ ਹੋ, ਤੁਹਾਨੂੰ ਇਉਂ ਲੱਗਾ ਜਿਵੇਂ ਕਿ ਸੱਪ ਹੈ ਗਏ, ਤੁਸੀਂ ਇੱਕਦਮ ਪਿੱਛੇ ਦੌੜ ਆਏ, ਮਾਰਗ ਰੁਕ ਗਿਆ। ਚੱਲਦੇ ਚੱਲਦੇ ਮਾਰਗ ਰੁਕ ਗਿਆ। ਜਦੋਂ ਤੁਸੀਂ ਧਿਆਨ ਨਾਲ ਦੇਖਿਆ ਕਿ ਇਹ ਸੱਪ ਨਹੀਂ, ਇਹ ਤਾਂ ਰੱਸੀ ਹੈ, ਤੁਸੀਂ ਆਪਣੇ ਪੈਰ ਨਾਲ ਹੀ ਉਸਨੂੰ ਉਠਾ ਕੇ ਸੁੱਟ ਦਿੱਤਾ। ਪਰ ਜੇ ਕਿਤੇ ਹਨੇਰੇ 'ਚ ਇਹ ਭਰਮ ਪੈ ਗਿਆ ਰੱਸੀ ਹੈ ਤੇ ਹੋਵੇ ਸੱਪ, ਪਤਾ ਨਹੀਂ ਇਸਦਾ ਜੀਵਨ ਹੀ ਚਲੇ ਜਾਣਾ। ਆਖੋ ਸਤਨਾਮ, ਵਾਹਿਗੁਰੂ। ਜੇ ਫਿਰ ਕਿਤੇ ਪੈਰ ਮਾਰ ਦਿੱਤਾ ਉਸਨੂੰ, ਇਸਦਾ ਜੀਵਨ ਹੀ ਨਹੀਂ ਰਹਿਣਾ ਜੇ ਕਿਤੇ ਉਹ ਡੰਗ ਗਿਆ। ਤੇ ਪਾਤਸ਼ਾਹ ਕਹਿੰਦੇ, ਅਗਿਆਨਤਾ ਦਾ ਹਨੇਰਾ ਬਹੁਤ ਖਤਰਨਾਕ ਹੈ। ਅਗਿਆਨਤਾ ਦਾ ਹਨੇਰਾ ਬੜਾ ਖਤਰਨਾਕ ਹੈ ਗੁਰਮੁਖੋ। ਤੇ ਸਤਿਗੁਰ ਜੀ ਕਹਿੰਦੇ ਨੇ, ਗਿਆਨੀ ਗੁਰਬਿਨ ਭਗਤ ਨਾ ਹੋਈ। ਕਿਰਪਾ ਕਰਿਓ, ਉਹ ਗਿਆਨੀ ਗਿਆਨੀ ਕਿਸੇ ਮਨੁੱਖ ਨੂੰ ਨਹੀਂ ਕਿਹਾ, ਬੰਦੇ ਨੂੰ ਨਹੀਂ ਕਿਹਾ, ਸਿਰਫ ਜਿਹੜਾ ਗਿਆਨ ਦੀਆਂ ਗੱਲਾਂ ਕਰਦਾ ਇਹ ਉਸਨੂੰ ਕਹਿ ਰਹੇ ਨੇ ਪਾਤਸ਼ਾਹ। ਜੇ ਤਾਂ ਇਵੇਂ ਲੈ ਲਈਏ, ਗਿਆਨੀ ਗੁਰਬਿਨ ਭਗਤ ਨਾ ਹੋਈ, ਫਿਰ ਤੇ ਅਰਥ ਬਦਲ ਗਿਆ ਕਿ ਗਿਆਨਵਾਨ ਸਤਿਗੁਰ ਤੋਂ ਬਗੈਰ ਭਗਤ ਨਹੀਂ ਹੋਣੀ। ਪਰ ਜੇ ਗਿਆਨੀ ਸ਼ਬਦ ਰੁਕ ਗਏ, ਅਰਥ ਬਦਲ ਜਾਣੇ ਨੇ। ਪਾਤਸ਼ਾਹ ਕਹਿੰਦੇ, ਗਿਆਨੀ ਗੁਰਬਿਨ ਭਗਤ ਨਾ ਹੋਈ। ਤੁਸੀਂ ਕਦੇ ਦੇਖਿਆ ਕੋਈ ਸਵਾਲ ਕੱਢੋ ਤੇ ਗੁਰ ਲਾਉਂਦੇ ਹੋ, ਫਾਰਮੂਲਾ ਜਿਹਨੂੰ ਤੁਸੀਂ ਕਹਿੰਦੇ ਹੋ,
जे फार्मूला नहीं सही लगता तो जवाब भी सही नहीं आना, वह गलत आ जाना। इत भी पातशाह कहते गुरबिन घोर अंधार, गुरु ने लिखा गुर गुरु बिन समझ ना आवे। तीन शब्द वरते ने गुर गुरु ते सतगुरु। गुर फार्मूले नू कहंदे ने, ढंग नू कहंदे ने, तरीके नू कहंदे ने। जदों तुसीं गुर लगाया ते अगे गुरु आ गया। जिहड़ा अंधकार नू धक के लै जाए ते प्रकाश करदा है उसनू बाणी गुरु कहंदी है। जदों प्रकाश होया जिसने प्रगट होना उसका नाम सतगुरु है। आखो सतनाम वाहिगुरु। उसनू बाणी सतगुरु कह रही है। सतगुर सेती रत्या दरगाह पाईए ठाओ। रत्ते होए रत्ते सही जो मुख न मरन जिन्हें संजाता साई। बाबा जी सुना रहे सी, मां कह रही है ये सिख नहीं, पुत्र कह रहा है मां झूठ बोलती है। आखो सतनाम वाहिगुरु। रत्ते ओही ने जेडे मुख नहीं मोड़दे। साडा तो जे मुख गुरु वल होया ही नहीं ते मोड़ना तो अगलियां गल्लां ने। आखो सतनाम वाहिगुरु। गुरमुखो तुसी सूरज वल पिठ करके तुसी दस युग तुरे रहो, तुहानू सूरज दे दर्शन नहीं हो सकते। ख्याल रखना, देख लेना, पिट करके तुरे रहो, भावे जदों तक भी मर्जी तुरे रहो, सारा जीवन ही तुरे रहो, सूरज नहीं दिसना। पर जे किते उत्थे ही खड़े होके दिशा बदल जाइए, दौड़न की लोड़ नहीं, चलन की लोड़ नहीं, किते तुसी उत्थों ही जदों दिशा बदली ते सूरज सामने सी। आखो सतनाम वाहिगुरु। कृपा करो जे गल समझ आ जाए ते पातशाह दी। असल च इह ना ते दिशा ही बदलदा ते ना ही दशा ही बदलदा। आखो सतनाम वाहिगुरु। इसकी दिशा संसार वल है, इसकी सुरत संसार वल है, इसका ध्यान संसार वल है, इसकी प्राप्ति संसार है। फिर बेनती सुन ली, दिशा दिशा कुछ हो रहा, दिशा तो संसार वाल है, ते निरंकार किवें दिस जाए, निरंकार ते किवें दर्शन हो जाए, ये होना नहीं। आखो सतनाम वाहिगुरु। पता की कहंदे ने पातशाह, कूड़ा संसार है, कूड़े ने रिश्ते जगते, कूड़ा संसार है, कूड़े ने रिश्ते जगते, संसार है, कूड़े ने रिश्ते जगते, कूड़ा संसार है, कूड़े ने रिश्ते जगते, संसार है, कूड़े ने रिश्ते जगते, पूरा संसार है, कूड़े ने रिश्ते जगते, 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 पूरा संसार रोज पढ़दा कूर राजा, कूर प्रजा, कूर सब संसार, कूर मंडप, कूर माड़ी, कूर बैसनहार, कूड़ कूड़े, ध्यान देना जी, कूड़ कूड़े ने लगा विसरिया करतार। आखो सतनाम वाहिगुरु।
ਕੂੜ ਝੂਠ ਨੂੰ ਕਹਿੰਦੇ ਨੇ। ਝੂਠ ਨਾਲ ਪਿਆਰ ਪੈ ਗਿਆ, ਮੋਹ ਪੈ ਗਿਆ, ਸੱਚ ਦਾ ਹੋਕਾ ਦਿੰਦੇ ਰਹੇ ਰੱਬ ਦੇ ਪਿਆਰੇ, ਪਰ ਇਹਨੇ ਸੁਣਿਆ ਨਹੀਂ। ਆਖੋ ਸਤਨਾਮ ਵਾਹਿਗੁਰੂ। ਸੁਣਿਆ ਹੁੰਦਾ ਤੇ ਸ਼ਾਇਦ ਕਿਤੇ ਮੰਨ ਵੀ ਲੈਂਦਾ। ਤੇ ਪਾਤਸ਼ਾਹ ਕਹਿੰਦੇ ਪਹਿਲੇ ਸੁਣ ਤੇ ਸਹੀ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਣਾ। ਗੁਰਮੁਖੋ ਕਦੇ ਅੰਦਰ ਦੇ ਤੀਰਥ ਵਿੱਚ ਨਹਾਤਾ ਤੁਸੀਂ? ਐਸੀ ਗੱਲ ਨਹੀਂ, ਬੰਦਗੀ ਵਾਲੇ ਬੈਠੇ ਨੇ, ਨਹਾਉਣ ਵਾਲੇ ਵੀ ਬੈਠੇ ਨੇ ਵਿੱਚ। ਪਾਤਸ਼ਾਹ ਜੀ ਕਹਿੰਦੇ ਅੰਤਰਗਤ ਤੀਰਥ ਮਲਣਾ, ਕਦੇ ਉਹ ਤੀਰਥ ਦੇਖਿਆ? ਕਦੇ ਇੱਛਾ ਕੀਤੀ ਉਸ ਤੀਰਥ ਦੇ ਅੰਦਰ ਇਸ਼ਨਾਨ ਕਰਨ ਦੀ? ਮਾਲਕ ਕਹਿੰਦੇ ਨੇ ਅੱਠ ਸੱਠ ਤੀਰਥ ਸਗਲ ਪੁੰਨ, ਇੱਕ ਉਹ ਵੀ ਤੀਰਥ ਹੈ, 68 ਤੀਰਥ ਤੇ ਸਾਰੇ ਪੁੰਨ ਇਕੱਠੇ ਕਰ ਲੈਣ। ਅੱਠ ਸੱਠ ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। ਆਖੋ ਸਤਨਾਮ ਵਾਹਿਗੁਰੂ। ਜੀਵਾਂ ਤੇ ਦਇਆ ਕਰ, ਇਹ ਅੰਦਰੋਂ ਹਿਰਦੇ ਚੋਂ ਦਇਆ ਆਉਣੀ। ਮੈਂ ਕੱਲ ਵੀ ਬੇਨਤੀ ਕਰਦਾ ਸੀ, ਸਿਮਰਨ ਤੋਂ ਬਗੈਰ ਦਇਆ ਦਾ ਆਉਣਾ ਇਹ ਨਾਮੁਮਕਿਨ ਹੈ, ਇਹ ਹੋ ਹੀ ਨਹੀਂ ਸਕਦਾ। ਆਖੋ ਸਤਨਾਮ ਵਾਹਿਗੁਰੂ। ਕਰੜਾ ਹੈ ਮਨੁੱਖ ਕਲਯੁਗ ਦਾ, ਕਰੜਾ ਹੈ, ਬਰਦਾਸ਼ਤ ਨਹੀਂ ਕਰਦਾ ਦੂਜੇ ਨੂੰ। ਤੇ ਪਾਤਸ਼ਾਹ ਕਹਿੰਦੇ ਸਭ ਸਾਂਝੀ ਵਾਲ ਸਦਾਇਣ, ਤੂੰ ਕਿਸੇ ਨਾ ਦਿਸੈ ਬਹਰਾ ਜੀਉ। ਸਾਰੇ ਸਾਂਝੀ ਵਾਲ ਨੇ, ਸਾਰੇ ਇੱਕੋ ਹੀ ਨੇ, ਤੈਨੂੰ ਐਵੇਂ ਵੱਖਰਾ ਲੱਗਦਾ। ਆਪ ਜੀ ਕਦੇ ਇਸ ਸ਼ਬਦ ਨੂੰ ਜ਼ਰੂਰ ਘੋਖ ਕੇ ਦੇਖਣਾ। ਸਿੱਖ ਧਰਮ, ਹਿੰਦੂ ਧਰਮ, ਮੁਸਲਮਾਨ ਧਰਮ, ਈਸਾਈ ਧਰਮ, ਪਾਰਸੀ ਧਰਮ, ਜੈਨੀ ਧਰਮ, ਧਰਮ ਇੱਕੋ ਹੀ ਸ਼ਬਦ ਆਇਆ ਹਰ ਇੱਕ ਦੇ ਪਿੱਛੇ। ਆਖੋ ਸਤਨਾਮ ਵਾਹਿਗੁਰੂ। ਧਰਮ ਸੰਸਕ੍ਰਿਤ ਦਾ ਸ਼ਬਦ ਹੈ, ਤ੍ਰੀ ਧਾਤੂ ਤੋਂ ਬਣਿਆ, ਕਹਿੰਦੇ ਕਿਸੇ ਨੇ ਇਸ ਨੂੰ ਧਾਰਨ ਕੀਤਾ ਹੋਇਆ। ਆਖੋ ਸਤਨਾਮ ਵਾਹਿਗੁਰੂ। ਜਿਵੇਂ ਆਪ ਜੀ ਬਸਤਰ ਪਹਿਨ ਕੇ ਆਏ ਹੋ ਨਾ, ਇਹ ਬਸਤਰ ਤੁਹਾਡੇ ਗਲ ਚ ਨਹੀਂ ਪੈ ਸਕਦੇ, ਤੁਸੀਂ ਪਹਿਨਦੇ ਹੋ, ਇਵੇਂ ਸਾਡੇ ਸਰੀਰ ਨੂੰ ਕਿਸੇ ਨੇ ਧਾਰਨ ਕੀਤਾ ਹੋਇਆ। ਜਿਹੜਾ ਬਾਣੀ ਉਹ ਕਹਿ ਰਹੀ ਹੈ, ਸਭ ਘੱਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰਹੇ। ਰਾਮ ਰਮੇ ਹੋਏ ਨੂੰ ਕਿਹਾ, ਜਿਹੜਾ ਘੱਟ ਘੱਟ ਵਿੱਚ ਬੈਠਾ ਉਸਨੂੰ ਰਾਮ ਕਿਹਾ ਬਾਣੀ ਨੇ। ਪਾਤਸ਼ਾਹ ਜੀ ਕਹਿੰਦੇ ਨੇ ਆ ਦੇਖ, ਉਹ ਸਾਰਿਆਂ ਵਿੱਚ ਉਸਨੇ ਧਾਰਿਆ ਹੋਇਆ, ਕਦੇ ਤੂੰ ਦੇਖ ਤੇ ਸਹੀ। ਬਾਬਾ ਕਬੀਰ ਕਹਿੰਦੇ ਨੇ ਤੀਰਥ ਨਹਾਏ ਇੱਕ ਫਲ, ਕਿਸੇ ਵੀ ਦੁਨਿਆਵੀ ਤੀਰਥ ਤੇ ਜਾਵਾਂਗੇ ਉੱਥੇ ਇੱਕੋ ਹੀ ਫਲ ਮਿਲਦਾ। ਇਹ ਕਬੀਰ ਸਾਹਿਬ ਕਹਿ ਰਹੇ ਨੇ, ਮੇਰਾ ਨਿੱਜੀ ਕੋਈ ਵਿਚਾਰ ਨਹੀਂ, ਇਹ ਮਹਾਂਪੁਰਸ਼ਾਂ ਦੀ ਬਾਣੀ ਚੋਂ ਕਥਨ ਲੈ ਰਿਹਾ। ਤੀਰਥ ਨਹਾਏ ਇੱਕ ਫਲ ਕੀ ਹੁੰਦਾ ਜੀ? ਤਨ ਦੀ ਮੈਲ ਲੱਥ ਜਾਂਦੀ। ਆਖੋ ਸਤਨਾਮ ਵਾਹਿਗੁਰੂ। ਤਨ ਦੀ ਮੈਲ, ਜਿੰਨੇ ਵਜੇ ਮਰਜ਼ੀ ਨਹਾ ਕੇ ਆ ਜਾਏ। ਤੇ ਬਾਬਾ ਜੀ ਕਹਿੰਦੇ ਤੀਰਥ ਨਹਾਏ ਇੱਕ ਫਲ, ਸੰਤ ਮਿਲੇ ਫਲ ਚਾਰ, ਧਰਮ ਅਰਥ ਕਾਮ ਮੋਖ। ਕਰਦੇ ਅੱਗੇ ਜਾ ਕੇ ਵਿਚਾਰ, ਸੰਤ ਮਿਲੇ ਫਲ ਚਾਰ, ਤੇ ਬਾਬਾ ਜੀ ਕਹਿੰਦੇ ਸਤਿਗੁਰ ਮਿਲੇ ਅਨੰਤ ਫਲ, ਕਹੇ ਕਬੀਰ ਵਿਚਾਰ। ਕਿਤੇ ਸਤਿਗੁਰ ਮਿਲ ਜਾਣ ਫਿਰ ਤਾਂ ਕਹਿੰਦੇ ਗਿਣਤੀ ਕੋਈ ਨੀ ਕਿੰਨੇ ਫਲ, ਫਿਰ ਤਾਂ ਸਭ ਕੁਝ ਹੀ ਮਿਲ ਗਿਆ। ਆਖੋ ਸਤਨਾਮ ਵਾਹਿਗੁਰੂ। ਮੈਂ ਇੱਕ ਸਵਾਲ ਪੁੱਛਾਂ ਆਪ ਜੀ ਨੂੰ, ਅਸੀਂ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਨੇ, ਕੀ ਅਜੇ ਮਿਲੇ ਨਹੀਂ? ਕਿਉਂ ਪਿਆਰੇ ਪੁੱਛੋ ਜਰਾ, ਕੀ ਮਿਲ ਗਏ, ਕੀ ਅਜੇ ਮਿਲੇ ਨਹੀਂ? ਕਦੇ ਸਵਾਲ ਕਰਿਓ ਜਾ ਕੇ ਅੱਜ ਇਸ ਮਨ ਨੂੰ। ਉਹ ਮਨਾ ਤੂੰ ਦੱਸ ਤੇ ਸਹੀ, ਤੇਰਾ ਗੁਰੂ ਨਾਲ ਰਿਸ਼ਤਾ ਕੀ ਹੈ? ਆਖੋ ਸਤਨਾਮ ਵਾਹਿਗੁਰੂ। ਦੱਸ ਤਾਂ ਸਹੀ,
तेरा गुरु नाल प्रेम किन्ना आखो सतनाम वाहगुरु ये पूछना तुहानू अपने आप नू पैना ते उहदा इक ढंग दस्सिया चरण कमल संग लागी प्रीत ध्यान देओ जी किवें सतगुर अपना होया किवें ये सतगुर दा होया ते पातशाह जी कहिंदे चरण कमल संग लागी प्रीत प्रीत लगन दा निशानी की सी बिसर गई सब दुरमत रीत खोटापन मन चो निकल गया खोटा अंदरों भी खोटा ते बाहरों भी खोटा आखो सपना वाहगुरु कदे किसे दुकान ते चले जाना दुकानदार बड़ा बड़ी गहरी निगाह हुंदी उसकी माया ते तुसी धोखा दे के तां भावें खोटा रुपया चला जाओ डुप्लीकेट पैसे चला जाओ नहीं ते सजे कि तो मार नहीं खांदा ख्याल रखना खोटी करंसी दा सौदा नहीं मिलता जे मन भी खोटा रहा तो इथों भी कुछ नहीं मिलना आखो सतनाम वाहगुरु जे मन इथे भी खोटा रहा आके सतगुरु जी के पास तो इथों भी कुछ नहीं लेके जाओगे इथों खाली चले गए ये वो स्थान है गुरमुखो जिथे हंकारियां नू तके पाए पर सेवादारा नू सतगुरु बना दिता आखो सतनाम वाहगुरु फिर सुनना जरा ये वो स्थान है जिथे हंकारियां नू जिन्हां ने इथों सूबेदारी लभी आ उन्होंने धक्के ही पैंदे गए पर जिन्होंने सेवा मंगी उन्होंने सतगुर थाप दिता पातशाह ने आखो सतनाम वाहगुरु नीमा हो के चल जे अमृत छाकी लिया तो यह पी एच डी नहीं तेरी ये तो दाखला आ आखो सतनाम वाहगुरु दाखला तो दाखला तो अजे के जी विच हुंदा पहली विच हुंदा ये दाखला लैके समझदा कि एमए कर गया हुण पढ़न दी लोड़ नहीं आखो सतनाम वाहगुरु पता की करना जो आप जी करन आयो पातशाह ओही करन लई कहंदे ने साध संगत मिल हर गुण गाए बिनसी सब अभिमानी जी संगत मिल हर गुण गाए बिनसी सब अभिमानी जी साध संगत मिल हर गुण गाए बिनसी सब अभिमानी जी साध संगत मिल हर गुण गाए बिनसी सब अभिमानी जी हर गुण गाए बिनसी सब अभिमानी जी साध संगत मिल हर गुण गाए बिनसी सब अभिमानी साध संगत मिल हर गुण गाए बिनसी सब अभिमानी निशानी की हुई अंदर झूठा हंकार फरेब धोखा निकल गया आखो सतनाम बाज नहीं आउंदा बाज नहीं आउंदा ए कृपान पाके भी झूठ बोलने डरदा नहीं आखो सतनाम वाहगुरु इनू कोई भय नहीं भी ये सतगुर देख रहे ने आखो सतनाम वाहगुरु इसनू कोई डर नहीं रज के बोलता इनू नहीं पता भी लेखा तेरा भी होना तो लेखा दूजिया का भी होना ओदी तकड़ी कदे बेइंसाफी नहीं कर दी गुरमुखो किसे दा लिहाज नहीं करता मैं तो बेनती करवा जांदा जांदा जेड़े सतगुर पिता नाल लिहाज नहीं करते अपने पुत्रां नाल लिहाज नहीं करते अपनी माता नाल लिहाज नहीं कीता असी किहदे पाणी हारां आखो सतनाम वाहिगुरु असी किहदे पाणी हारां ओए दुनिया दे लोको उस दी तकड़ी जिहड़ी आ ओह निरपक्ष तौलदी आ सदा ही तौलदी रहेगी किसे नूं भुलेखा ना रवे
ਛਲ ਕਪਟ ਨਾਲ ਮਾਇਆ ਇਕੱਠੀ ਕੀਤੀ ਜਾ ਸਕਦੀ ਆ, ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ। ਝੂਠੀ ਵਡਿਆਈ ਥੋੜੇ ਲਈ ਦਿਨ ਮਿਲ ਸਕਦੀ ਆ, ਝੂਠੀ ਵਡਿਆਈ ਤੇ ਮਨ ਇਹਦੇ ਲਈ ਹੀ ਤਰਸਦਾ ਰਹਿੰਦਾ। ਆਖੋ ਸਤਨਾਮ ਵਾਹਿਗੁਰੂ। ਆ ਮੇਰੇ ਪਾਤਸ਼ਾਹ ਆਪ ਜੀ ਰੋਜ਼ ਹੀ ਕੁਝ ਨਾ ਕੁਝ ਸਰਵਣ ਕਰਦੇ ਹੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅੰਮ੍ਰਿਤ ਕਥਾ ਕੱਲ ਇੱਥੇ ਕੀ ਤੱਕ ਅਸੀਂ ਪਹੁੰਚੇ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਣੀ ਮੈਣੀ ਨੂੰ ਦੀਦਾਰ ਦਿੱਤਾ। ਇਤਿਹਾਸਕਾਰ ਕਹਿੰਦੇ ਨੇ ਗੋਬਿੰਦ ਰਾਏ 7 ਸਾਲ ਤੱਕ ਪਟਨਾ ਸਾਹਿਬ ਦੀ ਧਰਤੀ ਤੇ ਰਹੇ। 7 ਸਾਲ ਇਹ ਭਾਈ ਸਾਹਿਬ ਸਿੰਘ ਲਿਖਦੇ ਨੇ ਆਪਣੇ ਨੋਟਸ ਵਿੱਚ, ਤਾਂ ਕਿ ਪਤਾ ਲੱਗ ਜਾਏ ਤੁਹਾਨੂੰ। ਕਈ ਵਾਰੀ 5 ਸਾਲ ਵੀ ਕਹਿੰਦੇ ਨੇ ਕਈ, ਪਰ ਉਹ ਲਿਖਦੇ ਨੇ 7 ਸਾਲ ਤੱਕ ਰਹੇ ਉੱਥੇ। ਪਰ 3 ਮਹੀਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਰਹੇ ਪਟਨੇ ਸਾਹਿਬ, ਫਿਰ ਵਾਪਸ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਗਏ। ਇਸ ਦਾ ਨਾਂ ਉਦੋਂ ਮਾਖੇਵਲ ਸੀ ਇਸ ਜਗ੍ਹਾ ਦਾ। ਮਾਖੇ ਦੈਂਤ ਰਹਿੰਦਾ ਸੀ ਇੱਥੇ। ਖਿਆਲ ਰੱਖਣਾ ਦੈਂਤ ਕੋਈ ਅੱਠ ਬਾਹਾਂ ਵਾਲਾ ਨਹੀਂ ਹੁੰਦਾ, ਕਿਤੇ ਐਵੇਂ ਨਾ ਭੁਲੇਖੇ 'ਚ ਰਹਿਣਾ। ਗੁਰਬਾਣੀ ਹਰਨਾਕਸ਼ ਨੂੰ ਦੈਂਤ ਕਹਿੰਦੀ ਹੈ, ਬੰਦਾ ਹੀ ਹੋਣਾ ਲੱਗਦਾ ਸਾਡੇ ਵਰਗਾ, ਪਰ ਉਹਦੇ ਪੁੱਤਰ ਨੂੰ ਪ੍ਰਹਲਾਦ ਨੂੰ ਦੇਵਤਾ ਕਹਿੰਦੀ ਹੈ। ਧਿਆਨ ਦੇਣਾ, ਫਿਰ ਮੈਂ ਬੇਨਤੀ ਕਰਦਾ। ਹਰਨਾਕਸ਼ ਨੂੰ ਦੈਂਤ ਕਹਿੰਦੇ ਨੇ, ਪਰ ਉਹਦੇ ਪੁੱਤਰ ਨੂੰ ਦੇਵਤਾ ਕਹਿੰਦੇ ਨੇ। ਗੱਲ ਸੁਭਾਅ, ਆਖੋ ਸਤਨਾਮ ਵਾਹਿਗੁਰੂ। ਸੁਭਾਅ 'ਚ ਫਰਕ। ਤੇ ਕਈ ਵਾਰੀ ਅਸੀਂ ਕਿਸੇ ਬੰਦੇ ਨੂੰ ਵੀ ਕਹਿ ਦਈਦਾ ਕਿ ਦੈਂਤ ਆਏ ਤਾਂ ਖਾਣ ਨੂੰ ਫਿਰਦਾ। ਆਖੋ ਸਤਨਾਮ ਵਾਹਿਗੁਰੂ। ਇਹ ਮਾਖੇ ਦੈਂਤ ਕਦੇ ਬਠਿੰਡੇ ਰਹਿੰਦਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨੂੰ ਇੱਥੇ ਭੇਜ ਦਿੱਤਾ ਸੀ। ਇਹ ਇਲਾਕਾ ਖਾਲੀ ਸੀ ਤਕਰੀਬਨ, ਇਹ ਮਾਖੇ ਦੈਂਤ ਨੇ ਕਰਾਇਆ ਹੋਇਆ। ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਆਏ, ਇਸ ਨੂੰ ਕਿਹਾ ਤੂੰ ਇੱਥੋਂ ਚਲੇ ਜਾ। ਕਹਿੰਦੇ ਮਹਾਰਾਜ ਮੈਂ ਤੇ ਭੁੱਖਾ ਆ ਬੜੀ ਦੇਰ ਦਾ, ਪਹਿਲੇ ਤੁਹਾਡੇ ਵੱਡਿਆਂ ਨੇ ਮੈਨੂੰ ਬਠਿੰਡੇ ਚੋਂ ਕੱਢਿਆ, ਹੁਣ ਤੁਸੀਂ ਕਹਿੰਦੇ ਹੋ ਇੱਥੋਂ ਵੀ ਚਲੇ ਜਾ। ਮੈਂ ਜਾਵਾਂ ਤੇ ਜਾਵਾਂ ਕਿੱਥੇ, ਆਪਣੀ ਪਿਆਸ ਤੇ ਭੁੱਖ ਪੂਰੀ ਕਰਾਂ। ਮੇਰੇ ਪਾਤਸ਼ਾਹ ਨੇ ਕਿਹਾ ਸੀ ਜਾਓ ਸਰਹੰਦ ਚਲੇ ਜਾਓ। ਆਖੋ ਸਤਨਾਮ ਵਾਹਿਗੁਰੂ। ਜਾਓ ਸਰਹੰਦ ਚਲੇ ਜਾਓ। ਜਦੋਂ ਰਾਜਾ ਦੀਪ ਚੰਦ ਦੀ ਮੌਤ ਹੋ ਗਈ, ਇਹ ਤਾਰਾ ਚੰਦ ਦਾ ਪੁੱਤਰ ਸੀ। ਜਿਹੜਾ ਇਤਿਹਾਸ ਲਿਖੀ ਆ ਗਿਆ, ਰਾਜਾ ਤਾਰਾ ਚੰਦ ਗਵਾਲੀਅਰ ਦੀ ਜੇਲ੍ਹ ਵਿੱਚ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ 22 ਧਾਰ ਦੇ ਰਾਜਿਆਂ ਨੂੰ ਛਡਾਇਆ ਸੀ, ਉਹਨਾਂ 'ਚ ਰਾਜਾ ਤਾਰਾ ਚੰਦ ਵੀ ਸੀ। ਆਖੋ ਸਤਨਾਮ ਵਾਹਿਗੁਰੂ। ਜਦੋਂ ਤਾਰਾ ਚੰਦ ਦੇ ਪੁੱਤਰ ਦੀ ਮੌਤ ਹੋ ਗਈ ਦੀਪ ਚੰਦ ਦੀ, ਇਸ ਦੇ ਘਰੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਗਏ, ਬੇਨਤੀ ਕੀਤੀ, ਮਹਾਰਾਜ ਮੈਂ ਕੁਝ ਜ਼ਮੀਨ ਕੁਝ ਨਗਰ ਦਾਨ ਵਿੱਚ ਦੇਣਾ ਚਾਹੁੰਦੀ ਹਾਂ, ਕਿਰਪਾ ਕਰੋ। ਸਤਿਗੁਰ ਕਹਿਣ ਲੱਗੇ ਅਸੀਂ ਦਾਨ ਨਹੀਂ ਇੱਦਾਂ ਪ੍ਰਵਾਨ ਕਰੀਦਾ, ਅਸੀਂ ਇਸ ਧਰਤੀ ਦਾ ਮੁੱਲ ਦਿਆਂ। ਉਹਨਾਂ ਦਿਨਾਂ ਵਿੱਚ 500 ਰੁਪਏ, ਉਹ ਲਿਖਦੇ ਆ ਸਾਹਿਬ ਸਿੰਘ, 500 ਰੁਪਏ ਵਿੱਚ ਇਹ ਰਜਿਸਟਰੀ ਸਤਿਗੁਰਾਂ ਨੇ ਆਪਣੇ ਨਾਂ ਤੇ ਪਹਿਲਾਂ ਕਰਵਾਈ। ਆਖੋ ਸਤਨਾਮ ਵਾਹਿਗੁਰੂ। ਔਰ ਇਸ ਹੀ ਜਗ੍ਹਾ ਦਾ ਨਾਂ ਫਿਰ ਨਾਨਕੀ ਚੱਕ ਰੱਖਿਆ। ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ। ਕਿਰਪਾ ਕਰਿਓ ਜੀ, ਇਤਿਹਾਸ ਦਾ ਤੇ ਪਤਾ ਲੱਗੇ ਕੀ ਕਹਿ ਰਿਹਾ। ਇਸ ਦਾ ਨਾਂ ਨਾਨਕੀ ਚੱਕ ਰੱਖਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਥੋੜਾ ਸਮਾਂ ਕੀਰਤਪੁਰ ਸਾਹਿਬ ਰਹੇ, ਸਰੀਕ ਸਨ। ਸਰੀਕਾਂ ਦਾ ਤੇ ਪਤਾ ਹੀ ਹੈ, ਸਿਆਣੇ ਕਹਿੰਦੇ ਸਰੀਕ ਮਿੱਟੀ ਦਾ ਵੀ ਬੁਰਾ। ਆਖੋ ਸਤਨਾਮ ਵਾਹਿਗੁਰੂ।
ਉਹ ਕਿਸੇ ਬੰਦੇ ਨੇ ਨਾ ਸ਼ਰੀਕ ਬਣਾ ਕੇ ਆਪਣਾ ਆਪਣੀ ਕੰਧ ਤੇ ਉਹਦਾ ਬੁੱਤ ਰੱਖ ਦਿੱਤਾ। ਉਹ ਕੁਦਰਤੀ ਆਉਂਦਾ ਸੀ, ਹਵਾ ਆ ਗਈ, ਉਹ ਹਵਾ ਨਾਲ ਬੁੱਤ ਉਹਦੇ ਸਿਰ ਤੇ ਡਿੱਗ ਪਿਆ। ਤੇ ਕਹਿੰਦਾ ਮੈਂ ਸੁਣਿਆ ਸੀ ਵੀ ਸ਼ਰੀਕ ਮਿੱਟੀ ਦਾ ਵੀ ਬੁਰਾ ਹੁੰਦਾ, ਮਿੱਟੀ ਦੇ ਸ਼ਰੀਕ ਨੇ ਸਿਰ ਪੰਨ ਸੁੱਟਿਆ। ਆਖੋ ਸਤਨਾਮ ਵਾਹਿਗੁਰੂ। ਸਤਿਗੁਰ ਜਾਣਦੇ ਸੀ ਕੋਈ ਇਹੋ ਜਿਹੀ ਰਮਣੀਕ ਜਗ੍ਹਾ ਚਾਹੀਦੀ ਆ ਜਿਹੜੀ ਪਹਾੜੀਆਂ ਦੇ ਵਿੱਚ ਹੋਵੇ, ਉੱਥੇ ਸੁਰੱਖਿਅਤ ਵੀ ਹੋਵੇ, ਕਿਉਂਕਿ ਆਉਂਦੇ ਸਮੇਂ ਨੂੰ ਮਾਲਕ ਭਾਂਫਦੇ ਸਨ ਤੇ ਜੋ ਸਮਾਂ ਆਉਣ ਵਾਲਾ ਸਤਿਗੁਰ ਤ੍ਰੈ ਕਾਲ ਦਰਸ਼ੀ ਹੁੰਦੇ ਨੇ ਗੁਰਮੁਖੋ। ਸਾਨੂੰ ਤਾਂ ਇਹ ਨਹੀਂ ਪਤਾ ਸੀ ਸਵੇਰ ਦੀ ਰੋਟੀ ਕਾਹਦੇ ਨਾਲ ਖਾਣੀ ਆ। ਆਖੋ ਸਤਨਾਮ ਵਾਹਿਗੁਰੂ। ਖਸਮੇ ਕਰੇ ਬਰਾਬਰੀ ਮੁੱਢੋਂ ਕੋਥਾ ਜਾਏ, ਗੱਲਾਂ ਗੁਰੂ ਦੇ ਬਰਾਬਰ ਕਰਦਾ ਕਲਯੁਗ ਦਾ ਮਨੁੱਖ ਤੇ ਪੱਲੇ ਕੁਝ ਵੀ ਨਹੀਂ। ਆਖੋ ਸਤਨਾਮ ਵਾਹਿਗੁਰੂ, ਪੱਲੇ ਕੁਝ ਵੀ ਨਹੀਂ। ਆ ਮੇਰੇ ਮਾਲਕ ਜਾਣਦੇ ਸੀ, ਸੁਨੇਹਾ ਭੇਜਿਆ ਗੋਬਿੰਦ ਰਾਏ ਜੀ ਨੇ, ਪਿਤਾ ਜੀ ਪਟਨੇ ਵਿੱਚ ਹੁਣ ਮਨ ਨਹੀਂ ਲੱਗਦਾ। ਆਖੋ ਸਤਨਾਮ ਵਾਹਿਗੁਰੂ। ਮਨ ਨਹੀਂ ਲੱਗਦਾ, ਸਾਨੂੰ ਬੁਲਾ ਲਓ। ਇੱਕ ਇਤਿਹਾਸ ਤੇ ਲਿਖਦਾ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਨ, ਪਰ ਦੂਸਰਾ ਕਹਿੰਦਾ ਨਹੀਂ ਨਹੀਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਇਸ ਹੀ ਨਾਨਕੀ ਚੱਕ ਵਿੱਚ ਸਨ ਉਹਨਾਂ ਦਿਨਾਂ ਵਿੱਚ ਜਦ ਧੰਨ ਗੋਬਿੰਦ ਰਾਏ ਜੀ ਉੱਥੋਂ ਚੱਲੇ ਨੇ। ਕਹਿੰਦੇ ਜਦ ਨਾਨਕੀ ਚੱਕ ਆਏ, ਆ ਕਿਰਪਾ ਕਰੋ ਜਰਾ ਜੇ ਬਚਨ ਸਮਝ ਆ ਜਾ। ਮਾਤਾ ਨਾਨਕੀ ਜੀ ਨੇ ਗੋਬਿੰਦ ਰਾਏ ਨੂੰ ਕਿਹਾ, ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਸੁਣਾਓ। ਆਖੋ ਸਤਨਾਮ ਵਾਹਿਗੁਰੂ। ਔਰ ਗੋਬਿੰਦ ਰਾਏ ਜੀ ਨੇ ਜਦੋਂ ਪੰਜ ਪੌੜੀਆਂ ਸੁਣਾਈਆਂ, ਪਹਿਲਾਂ ਕਿਹਾ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਸ ਹੀ ਆਨੰਦ ਸ਼ਬਦ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਦਾ ਨਾਂ ਆਨੰਦਪੁਰ ਸਾਹਿਬ ਰੱਖ ਦਿੱਤਾ। ਆਖੋ ਸਤਨਾਮ ਵਾਹਿਗੁਰੂ। ਆਨੰਦਪੁਰ ਸਾਹਿਬ, ਇਹ ਆਨੰਦਪੁਰੀ ਅੰਮ੍ਰਿਤ ਦਾ ਕੁੰਡ ਅਨੰਦਪੁਰੀ, ਅੰਮ੍ਰਿਤ ਦਾ ਕੁੰਡ ਅਨੰਦਪੁਰੀ, ਅੰਮ੍ਰਿਤ ਦਾ ਕੁੰਡ ਅਨੰਦਪੁਰੀ। ਭਾਗ ਤਸਵੇਂ ਗੁਰਾਂ ਨੇ ਲਾਏ, ਅੰਮ੍ਰਿਤ ਦਾ ਕੁੰਡ ਅਨੰਦਪੁਰੀ, ਅੰਮ੍ਰਿਤ ਦਾ ਕੁੰਡ ਅਨੰਦਪੁਰੀ। ਦਸਵੇਂ ਗੁਰਾਂ ਨੇ ਲਾਏ, ਅੰਮ੍ਰਿਤ ਦਾ ਕੁੰਡ ਅਨੰਦਪੁਰੀ, ਅੰਮ੍ਰਿਤ ਦਾ ਕੁੰਡ ਅਨੰਦਪੁਰੀ। ਦਸਵੇਂ ਗੁਰਾਂ ਨੇ ਲਾਏ, ਅੰਮ੍ਰਿਤ ਦਾ ਕੁੰਡ ਅਨੰਦਪੁਰੀ, ਅੰਮ੍ਰਿਤ ਦਾ ਕੁੰਡ ਅਨੰਦਪੁਰੀ। ਇਹ ਉਹ ਧਰਤੀ ਹੈ ਜਿੱਥੇ ਮਾਖੇ ਦੈਂਤ ਕਦੇ ਰਹਿੰਦਾ ਸੀ, ਜਿੱਥੇ ਅੰਮ੍ਰਿਤ ਦਾ ਕੁੰਡ ਸਤਿਗੁਰ ਨੇ ਇਸ ਆਨੰਦਪੁਰ ਸਾਹਿਬ ਨੂੰ ਥਾਪ ਦਿੱਤਾ। ਸਮਾਂ ਥੋੜਾ ਹੀ ਬੀਤਿਆ ਸੀ, ਬਦਲ ਗਿਆ ਸਮਾਂ। ਸਮਾਂ ਬਦਲਦੇ ਗੁਰਮੁਖੋਂ ਪਤਾ ਨਹੀਂ ਲੱਗਦਾ, ਬੰਦਾ ਸੋਚਦਾ ਹੀ ਰਹਿ ਜਾਂਦਾ ਵੀ ਇਹ ਕਿਵੇਂ ਹੋ ਗਿਆ ਤੇ ਕਿਉਂ ਹੋ ਗਿਆ। ਆਖੋ ਸਤਨਾਮ ਵਾਹਿਗੁਰੂ। ਅਫਗਾਨ ਖਾਨ ਕਸ਼ਮੀਰ ਵਿੱਚ ਇੰਨਾ ਤਸ਼ੱਦਦ ਪਾਇਆ ਇਸਨੇ ਕਿ ਉੱਥੇ ਇੱਕ ਬੁਨਿਆਦੀ ਕਰ ਦਿੱਤੀ ਕਿ ਜਿਹੜਾ ਬੰਦਾ ਇਸਲਾਮ ਨਹੀਂ ਕਬੂਲ ਕਰਦਾ, ਜਾਂ ਤੇ ਇਸਲਾਮ ਕਬੂਲ ਕਰੇ, ਨਹੀਂ ਤੇ ਕਤਲ ਕਰ ਦਿੱਤੇ ਜਾਓਗੇ। ਆਖੋ ਸਤਨਾਮ ਵਾਹਿਗੁਰੂ। ਅਸਲ 'ਚ ਦੋਵਾਂ ਦੇ ਅੱਗੇ ਬੰਦਾ ਮਜ਼ਬੂਰ ਹੋ ਜਾਂਦਾ ਚੁਕਣ ਨੂੰ, ਦੋ ਦੇ ਅੱਗੇ। ਇੱਕ ਗੁਣਵਾਨ ਅੱਗੇ ਬੰਦਾ ਝੁੱਕ ਜਾਂਦਾ, ਸਿਆਣਾ ਬੰਦਾ ਝੁੱਕ ਜਾਂਦਾ, ਕਹਿੰਦੇ ਦਿਲ ਕਰਦਾ ਇਹਦੇ ਪੈਰਾਂ ਨੂੰ ਨਮਸਕਾਰ ਕਰੀਏ। ਅਕੜਨਾ ਤੋਂ ਮਰਦੋਂ ਕੀ ਆਦਤ ਹੈ, ਜ਼ਿੰਦਾ ਦਿਲ ਤੋਂ ਝੁਕਤੇ ਹੈ। ਆਖੋ ਸਤਨਾਮ ਵਾਹਿਗੁਰੂ। ਅਸੀਂ ਨਹੀਂ ਕਹਿੰਦੇ, ਪਾਤਸ਼ਾਹ ਵੀ ਕਹਿੰਦੇ ਨੇ, ਜੇ ਕੋ ਮਿਲੇ ਗੁਰ ਸਿੱਖ ਤਿਸ ਨਿਵ ਨਿਵ ਲਾਗਾ ਪਾਏ ਜੀ। ਫਿਰ ਸੁਣਨਾ ਜੀ ਜਰਾ, ਕਹਿੰਦੇ ਜੇ ਕੋਈ ਉਹਦਾ ਪਿਆਰਾ ਮਿਲ ਜਾਣ ਉਹਦੇ ਪੈਰਾਂ ਦੀ ਧੂੜ ਲੈ ਲਾ। ਆਖੋ ਸਤਨਾਮ ਵਾਹਿਗੁਰੂ। ਆਕੜਿਆ ਆਇਆ,
ਮੁਰਦਾ ਕੱਢਦਾ। ਸਾਡੇ ਇੱਥੇ ਮੋਰਚਰੀ ਹੈਗੀ, ਅਸੀਂ ਕਦੇ ਕਦੇ ਦੇਖੀਦਾ ਮੁਰਦੇ ਨੂੰ ਕੱਢਦੇ, ਨਾ ਉਹਦੀਆਂ ਲੱਤਾਂ ਬਿੰਗੀਆਂ ਟੇਢੀਆਂ ਸਿੱਧੀਆਂ ਹੁੰਦੀਆਂ, ਨਾ ਉਹਦੇ ਹੱਥ ਪੈਰੀ ਹੁੰਦੇ, ਅਕੜਿਆ ਹੁੰਦਾ, ਤੇ ਇਹ ਵੀ ਮੁਰਦਿਆਂ ਵਰਗੀ ਆ। ਆਖੋ ਸਤਨਾਮ, ਵਾਹਿਗੁਰੂ। ਇਹ ਵੀ ਮੁਰਦਿਆਂ ਵਰਗੀ ਆ। ਅਫਗਾਨ ਖਾਨ ਨੇ ਅਨਾਊਂਸਮੈਂਟ ਕਰ ਦਿੱਤੀ ਕਿ 6 ਮਹੀਨੇ ਮੋਹਲਤ ਮੰਗੀ। ਬੜਾ ਜ਼ਰਖੇਜ਼ ਇਲਾਕਾ ਸੀ ਕਸ਼ਮੀਰ ਦਾ ਗੁਰਮੁਖੋ, ਜਿੱਥੇ ਜ਼ਿਆਦਾ ਸਰਦੀ ਹੋਵੇ ਉੱਥੇ ਦੇ ਲੋਕ ਬਹੁਤ ਇੰਟੈਲੀਜੈਂਟ ਹੁੰਦੇ ਨੇ। ਜਿੰਨੇ ਪ੍ਰਚਾਰਕ ਸੀ ਹਿੰਦੂ ਧਰਮ ਦੇ, ਸਾਰੇ ਤਕਰੀਬਨ ਕਸ਼ਮੀਰੀ ਪੰਡਿਤ ਸਨ ਬਹੁਤੇ। ਔਰੰਗਜ਼ੇਬ ਨੇ ਸੋਚਿਆ ਇਹਨਾਂ ਨੂੰ ਮੁਕਾ ਦਿਓ, ਪ੍ਰਚਾਰ ਮੁੱਕ ਜਾਓ ਹਿੰਦੁਸਤਾਨ 'ਚ। ਔਰ ਮੁਨਿਆਦੀ ਕਰਾ ਦਿੱਤੀ, ਹਿੰਦੂ ਕਦੇ ਸਮਾਂ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਕਸ਼ਮੀਰ ਵਿੱਚ ਗਏ ਸੀ। ਸੇਠ ਬ੍ਰਹਮਦਾਸ ਬਹੁਤ ਵਿਦਵਾਨ ਸੀ, ਮਹਾਨ ਵਿਦਵਾਨਾਂ ਚੋਂ ਇੱਕ ਸੀ। ਇੱਕ ਪੰਡ ਕਹਿ ਲਓ, ਧਾਰਮਿਕ ਗ੍ਰੰਥਾਂ ਦੀ ਲਿਆਇਆ ਲੱਦ ਕੇ ਗੁਰੂ ਨਾਨਕ ਸਾਹਿਬ ਨਾਲ ਇਹ ਗੱਲ ਕਹੀ ਕਿ ਸ਼ਾਸਤਰਾਂ ਦਾ ਵਿਚਾਰ ਕਰਨੀ ਹੈ ਤੁਹਾਡੇ ਨਾਲ। ਮੇਰੇ ਪਾਤਸ਼ਾਹ ਕਹਿਣ ਲੱਗੇ, ਬ੍ਰਹਮਦਾਸ, ਅੱਖਰਾਂ ਨਾਲ ਮੱਥਾ ਮਾਰਨ ਨਾਲ ਕੁਝ ਨਹੀਂ ਬਣਦਾ। ਧਿਆਨ ਦੇਣਾ ਗੁਰਮੁਖ, ਜ਼ਰਾ ਅੱਖਰਾਂ ਨਾਲ ਮੱਥਾ ਮਾਰਨ ਨਾਲ ਕੁਝ ਨਹੀਂ ਬਣਦਾ ਸਾਰੀ ਉਮਰ। ਕੋਈ ਆਤਮਿਕ ਤੱਤ ਦੀ ਗੱਲ ਕਰ। ਆਖੋ ਸਤਨਾਮ, ਵਾਹਿਗੁਰੂ। ਜਿਉਂ ਹੀ ਮਾਲਕ ਨੇ ਦ੍ਰਿਸ਼ਟੀ ਕੀਤੀ ਹੈ ਇਸ ਬ੍ਰਹਮਦਾਸ ਤੇ, ਗੱਲ ਤਾਂ ਦ੍ਰਿਸ਼ਟੀ ਦੀ ਹੈ ਨਾ, ਨਦਰ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਕੀ ਕਹਿੰਦੇ ਪਾਤਸ਼ਾਹ, ਜੇ ਕਿਤੇ ਨਦਰ ਹੋ ਜਾਏ ਉਸਦੀ, ਫਿਰ ਕਿਤੇ ਸਤਿਗੁਰ ਦੀ ਬੰਦਗੀ ਕਰਦਾ ਸਿੱਖ। ਬੇਨਤੀ ਕੀਤੀ ਦਾਤਾ ਜੀ, ਦਾਸ ਦੇ ਪਾਸ ਵੀ ਕੁਝ ਦਿਨ ਠਹਿਰੋ। ਜਦੋਂ ਹੰਕਾਰ ਤੇ ਚੋਟ ਵੱਜ ਜੇ ਨਾ, ਕੱਖ ਵੀ ਨਹੀਂ ਬਚਦਾ ਹੁੰਦਾ ਹੰਕਾਰੀ ਦਾ। ਪਾਤਸ਼ਾਹ ਕਹਿਣ ਲੱਗੇ, ਜਿਵੇਂ ਤੇਰੀ ਇੱਛਾ, ਜਿਵੇਂ ਤੇਰੀ ਇੱਛਾ। ਬ੍ਰਹਮਦਾਸ ਉਵੇਂ ਹੋ ਜਾਏਗਾ। ਕਹਿੰਦੇ ਇੱਕ ਹਫ਼ਤਾ ਪਾਤਸ਼ਾਹ ਜੀ ਸੇਠ ਬ੍ਰਹਮਦਾਸ ਦੇ ਕੋਲ ਰਹੇ। ਜਦ ਉੱਠਣ ਲੱਗੇ, ਕਹਿਣ ਲੱਗੇ, ਬ੍ਰਹਮਦਾਸ ਅਕਾਲ ਪੁਰਖ ਦਾ ਹੁਕਮ ਆ ਗਿਆ, ਹੁਣ ਸਾਨੂੰ ਜਾਣਾ ਪੈਣਾ, ਦੱਸ ਤੇਰੀ ਇੱਛਾ ਕੀ ਆ। ਕਹਿੰਦੇ ਦਾਤਾ, ਇੱਕੋ ਹੀ ਇੱਛਾ ਹੈ, ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਤੇਰੇ ਦਰ ਦੀ ਸੇਵਕ ਮਾਣ। ਆਖੋ ਸਤਨਾਮ, ਵਾਹਿਗੁਰੂ। ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਗੁਰੂ ਘਰ ਦਾ ਦਾਸ ਤੇ ਸੇਵਕ ਬਣਾ ਕੇ ਰੱਖਣਾ। ਕਿੱਥੇ ਸੇਠ ਬ੍ਰਹਮਦਾਸ, ਕਿੱਥੇ ਸੇਠ ਬ੍ਰਹਮਦਾਸ ਦਾ ਪੜਪੋਤਾ ਪੰਡਿਤ ਕਿਰਪਾ ਰਾਮ। ਸਤਿਗੁਰ ਜੀ ਨੂੰ ਸੰਸਕ੍ਰਿਤ ਤੇ ਘੋੜ ਸਵਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪੰਡਿਤ ਕਿਰਪਾ ਰਾਮ ਜੀ ਨੇ ਸਿਖਾਈ। ਕਹਿ ਦਿਓ ਸਤਨਾਮ, ਵਾਹਿਗੁਰੂ। ਇਤਿਹਾਸ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਸੱਚ ਨੂੰ ਕਹਿਣਾ ਪੈਣਾ ਸਾਹਮਣੇ। ਇਹ ਕੋਈ ਪਹਿਲਾ ਨਹੀਂ ਸੀ ਪੰਡਿਤ ਕਿਰਪਾ ਰਾਮ ਦਾ ਅਨੰਦਪੁਰ ਸਾਹਿਬ ਨੂੰ ਜਾਣਾ, ਉਹ ਤੇ ਦਰਸ਼ਨ ਕਰਦਾ ਹੀ ਰਹਿੰਦਾ ਸੀ, ਬਹੁਤਾ ਸਮਾਂ ਉੱਥੇ ਹੀ ਬਿਤਾਉਂਦੇ ਸੀ। ਪਰ ਕਸ਼ਮੀਰ ਦੇ ਮੁਖੀ ਵਿਦਵਾਨ ਪੰਡਿਤ ਉਹਨਾਂ ਨੇ ਕਿਹਾ,
ਕਿ ਪਹਿਲਾਂ ਇੱਕ ਜਗ ਰਚਾਇਆ ਜਾਏ ਆਖੋ ਸਤਨਾਮ। ਵਾਹਿਗੁਰੂ। ਦੇਖਿਆ ਨਾ ਆਪ ਜੀ ਗੁਫਾ ਨੂੰ ਜਾਂਦੇ, ਕਸ਼ਮੀਰ ਚ ਗੁਫਾ ਹੈ, ਕਹਿੰਦੇ 18 ਦਿਨ ਉੱਥੇ ਯੱਗ ਕੀਤਾ ਤੇ ਆਵਾਜ਼ ਆਈ, ਕਿਉਂਕਿ ਉੱਥੇ ਸ਼ਿਵਜੀ ਮਹਾਰਾਜ ਦਾ ਕਹਿੰਦੇ ਉਹ ਪ੍ਰਤਿਮਾ ਬਣੀ ਹੋਈ ਆ। ਕਹਿੰਦੇ ਆਵਾਜ਼ ਆਈ, ਅਗਰ ਬਚਣਾ ਹੈ ਤੇ ਅਨੰਦਪੁਰ ਸਾਹਿਬ ਚਲੇ ਜਾਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਰਹਿੰਦੇ ਨੇ, ਆਖੋ ਸਤਨਾਮ। ਵਾਹਿਗੁਰੂ। ਪੰਡਿਤ ਕਿਰਪਾ ਰਾਮ, ਕੋਈ ਤਾਂ ਕਹਿੰਦਾ 500 ਬ੍ਰਾਹਮਣ ਗਏ, ਉਹ ਕਹਿੰਦੇ 18 ਮੈਂਬਰ ਪਤਵੰਤੇ ਜਿਹੜੇ ਸੀ ਉਹ ਗਏ। ਪੰਡਿਤ ਕਿਰਪਾ ਰਾਮ ਜੀ 18 ਮੁਖੀ ਪੰਡਿਤਾਂ ਬ੍ਰਾਹਮਣਾਂ ਨਾਲ ਸਤਿਗੁਰ ਜੀ ਦੇ ਪਾਸ ਆਏ ਨੇ, ਜਿਵੇਂ ਅੱਜ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠੇ ਹੋ, ਇਵੇਂ ਹੀ ਸੰਗਤਾਂ ਬੈਠੀਆਂ ਸਨ। ਗੋਬਿੰਦ ਰਾਏ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੋਦ ਵਿੱਚ ਖੇਡ ਰਹੇ ਸੀ, ਆਖੋ ਸਤਨਾਮ। ਵਾਹਿਗੁਰੂ। ਅਸਲ 'ਚ ਜਦੋਂ ਬੰਦੇ ਦੇ ਅੰਦਰ ਚਿੰਤਾ ਹੁੰਦੀ ਹੈ ਨਾ, ਚਿਹਰਾ ਦੱਸਦਾ, ਫੇਸ ਇਜ਼ ਐਨ ਇੰਡੈਕਸ ਆਫ ਮਾਈਂਡ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਤੈਨੂੰ ਤੇਰਾ ਹਾਲ ਕੀ ਆ, ਉਹਦਾ ਚਿਹਰਾ ਦੱਸਦਾ ਹੁੰਦਾ, ਉਹਦੇ ਚਿਹਰਾ ਹੀ ਦੱਸ ਦਿੰਦਾ ਵੀ ਇਹ ਚਿੰਤਾ ਵਿੱਚ ਹੈ ਜਾਂ ਖੁਸ਼ੀ 'ਚ ਹੈ। ਅੱਖ ਕੁਦਰਤ ਨੇ ਇੱਕ ਇਹੋ ਜਿਹਾ ਇੰਸਟਰੂਮੈਂਟ ਬਣਾਇਆ, ਆਲਾ ਬਣਾਇਆ, ਯੰਤਰ ਬਣਾਇਆ, ਜੇ ਖੁਸ਼ੀ ਹੋਵੇ ਤੁਸੀਂ ਲਕਸ਼ ਪਾ ਲਓ, ਅੱਖ ਦੱਸਦੀ ਆ। ਲੱਖ ਕਹੋ ਨਹੀਂ ਨਹੀਂ ਕੋਈ ਨਹੀਂ ਗੱਲ, ਜੇ ਕਿਤੇ ਸੋਗ ਹੋਵੇ ਦੁੱਖ ਹੋਵੇ ਫਿਰ ਵੀ ਇਹ ਅੱਖ ਦੱਸਦੀ, ਆਖੋ ਸਤਨਾਮ। ਵਾਹਿਗੁਰੂ। ਅੱਖ ਇੱਕ ਇਹੋ ਜਿਹਾ ਯੰਤਰ ਬਣਾਇਆ ਪਰਮੇਸ਼ਰ ਨੇ। ਪਾਤਸ਼ਾਹ ਪੁੱਛਦੇ ਨੇ ਮਿਸਰ ਜੀ ਕੀ ਗੱਲ, ਅੱਜ ਚਿਹਰੇ ਉਤਰੇ ਹੋਏ ਨੇ, ਕਾਰਨ ਕੀ ਆ? ਡੁੱਬਦਾ ਧਰਮ ਬਚਾ ਲਓ, ਜੇ ਕੁਝ ਬਚਦਾ ਜੇ ਕੁਝ ਬਚਦਾ ਡੁੱਬਦਾ ਧਰਮ ਬਚਾ ਲਓ, ਕੁਝ ਬਚਦਾ ਜੇ ਕੁਝ ਬਚਦਾ ਡੁੱਬਦਾ ਧਰਮ ਬਚਾ ਲਓ, ਜੇ ਕੁਝ ਬਚਦਾ ਜੇ ਕੁਝ ਬਚਦਾ ਡੁੱਬਦਾ ਧਰਮ ਬਚਾ ਲਓ, ਜੇ ਕੁਝ ਬਚਦਾ ਜੇ ਕੁਝ ਬਚਦਾ ਡੁੱਬਦਾ ਧਰਮ ਬਚਾ ਲਓ, ਜੇ ਕੁਝ ਬਚਦਾ ਜੇ ਕੁਝ ਬਚਦਾ ਡੁੱਬਦਾ ਧਰਮ ਬਚਾ ਲਓ, ਜੇ ਕੁਝ ਬਚਦਾ ਜੇ ਕੁਝ ਬਚਦਾ। ਜਦੋਂ ਅਨੰਦਪੁਰ ਸਾਹਿਬ ਦੀ ਨਾਨਕੀ ਚੱਕ ਦੀ ਤਿਆਰੀ ਹੋਣ ਲੱਗੀ ਸੀ ਨਾ, ਇੱਕ ਪੀਰ ਆਏ ਰੋਪੜ ਦੇ, ਕਹਿਣ ਲੱਗੇ ਉਸਾਰੀ ਕੌਣ ਕਰਾ ਰਿਹਾ? ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਾ ਰਹੇ। ਕਹਿਣ ਲੱਗਾ ਸਾਧ ਕੀ ਤੇ ਮਹਿਲ ਕੀ, ਸਾਧ ਕੀ ਤੇ ਮਾਇਆ ਕੀ, ਸਾਦਕੀ ਤੇ ਗ੍ਰਿਸ਼ਤੀ ਕੀ, ਆਖੋ ਸਤਨਾਮ। ਵਾਹਿਗੁਰੂ। ਐਡਾ ਖਲਾਰਾ, ਸਤਿਗੁਰੂ ਜੀ ਦੇ ਦਰਸ਼ਨ ਕਰਨ ਆਏ, ਤੁਰਨਾ ਨੂੰ ਜਾਣਦੇ ਸੀ ਪਾਤਸ਼ਾਹ, ਪੁੱਛਣ ਲੱਗੇ ਕਾਹਦੇ ਲਈ ਬਣਾਏ ਨੇ, ਤੁਸੀਂ ਤਾਂ ਮਹਾਤਮਾ ਹੋ, ਮਹਾਂਪੁਰਸ਼ ਹੋ। ਸਤਿਗੁਰ ਕਹਿਣ ਲੱਗੇ ਰਾਤ ਰਹਿਣਾ ਪਏਗਾ। ਰਾਤ ਸੁਪਨੇ ਵਿੱਚ ਪਾਤਸ਼ਾਹ ਨੇ ਇਸ ਨੂੰ ਦਿਖਾਇਆ, ਇੱਕ ਸ਼ੇਰ ਹੈ, ਬੜੀ ਬਾਰਿਸ਼ ਹੋ ਰਹੀ ਹੈ, ਛੋਟੇ ਛੋਟੇ ਪੰਛੀ ਜਿਹੜੇ ਨੇ ਉਹ ਕੰਬ ਰਹੇ ਨੇ, ਇਹ ਦੇਖ ਰਿਹਾ ਸੁਪਨੇ 'ਚ ਪੀਰ ਰੋਪੜ ਦਾ। ਕੀ ਦੇਖਦਾ? ਇਹ ਸ਼ੇਰ ਆਪਣਾ ਉਹ ਘੁਰਨਾ ਛੱਡ ਕੇ ਤੇ ਜੰਗਲ ਵਿੱਚ ਚਲਾ ਗਿਆ, ਤੇ ਇਹਨਾਂ ਜਿਹੜੇ ਪੰਛੀਆਂ ਨੂੰ ਉਹਨਾਂ ਵਿੱਚ ਲੁਕਣ ਲਈ ਉਹ ਗੁਫਾ ਆਪਣੀ ਛੱਡ ਗਿਆ। ਬਾਰਿਸ਼ ਇੰਨੀ ਹੋਈ ਵੀ ਇਹ ਸ਼ੇਰ ਦੀ ਮੌਤ ਹੋ ਗਈ ਉਸ ਜੰਗਲ ਵਿੱਚ। ਅੱਖ ਖੁੱਲੀ, ਫਿਰ ਦਰਸ਼ਨ ਕੀਤੇ, ਪਾਤਸ਼ਾਹ ਨੂੰ ਫੁਰਨਾ ਦੱਸਿਆ, ਮੈਨੂੰ ਇਹੋ ਜਿਹਾ ਰਾਤ ਸੁਪਨਾ ਆਇਆ। ਸਤਿਗੁਰ ਕਹਿਣ ਲੱਗੇ ਸ਼ੇਰ ਘੁਰਨੇ ਨਹੀਂ ਛੱਡਦੇ ਹੁੰਦੇ, ਆਖੋ ਸਤਨਾਮ। ਵਾਹਿਗੁਰੂ। ਬਸ ਫਿਰ ਉਹੋ ਹੀ ਸ਼ੇਰ ਇਸ ਅਨੰਦਪੁਰ ਚ ਸਿੰਘ ਬਣਿਆ, ਆਖੋ ਸਤਨਾਮ। ਵਾਹਿਗੁਰੂ। ਉਸ ਸ਼ੇਰ ਦਾ ਫੁਰਨਾ ਫਿਰ ਜਿਹੜਾ ਸੀ ਉਹ ਫਿਰ ਸਿੰਘ ਸਜਾਏ ਪਾਤਸ਼ਾਹ ਨੇ, ਸਿੰਘ ਵੀ ਸ਼ੇਰ ਨੂੰ ਹੀ ਕਹਿੰਦੇ ਨੇ, ਆਖੋ ਸਤਨਾਮ।
ਵਾਹਿਗੁਰੂ। ਚਿੰਤਾ ਤੇ ਸਾਡੀ ਤੁਹਾਡੀ ਵੀ ਨਹੀਂ ਨਾ ਜਾਂਦੀ। ਸਤਿਗੁਰ ਦੇ ਕੋਲ ਇੱਕ ਸਿੱਖ ਆਇਆ, ਕਹਿੰਦੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿਣ ਲੱਗਾ, ਮਹਾਰਾਜ ਚਿੰਤਾ ਜਾਂਦੀ ਕਿਉਂ ਨਹੀਂ, ਕਾਰਨ ਕੀ ਆ? ਸਤਿਗੁਰ ਕਹਿਣ ਲੱਗੇ, ਜਦੋਂ ਮਨੁੱਖ ਬਹੁਤੇ ਨੂੰ ਲੋਚਦਾ, ਜਦੋਂ ਇੱਛਾ ਪੂਰੀ ਨਹੀਂ ਹੁੰਦੀ, ਫਿਰ ਚਿੰਤਾ ਚ ਦੱਸਿਆ ਜਾਂਦਾ ਕਿਉਂ ਨਹੀਂ ਹੋਇਆ। ਪਾਤਸ਼ਾਹ, ਇਹ ਚਿੰਤਾ ਦੀ ਬਲਾ ਗਲੋਂ ਲੱਥੇ ਕਿਵੇਂ? ਤੇ ਸਤਿਗੁਰ ਕਹਿਣ ਲੱਗੇ, ਇੱਕੋ ਹੀ ਤਰੀਕਾ, ਚਿੰਤਾ ਹਟ ਜਾਂਦੀ ਏ ਚਰਨਾਂ ਵਿੱਚ ਚਿੱਤ ਜੇ ਜੁੜ ਜਾਏ। ਚਿੰਤਾ ਹਟ ਜਾਂਦੀ ਏ ਚਰਨਾਂ ਵਿੱਚ ਚਿੱਤ ਜੇ ਜੁੜ ਜਾਏ। ਚਿੰਤਾ ਹਟ ਜਾਂਦੀ ਏ ਚਰਨਾਂ ਵਿੱਚ ਚਿੱਤ ਜੇ ਜੁੜ ਜਾਏ। ਚਿੰਤਾ ਹਟ ਜਾਂਦੀ ਏ ਚਰਨਾਂ ਵਿੱਚ ਚਿੱਤ ਜੇ ਜੁੜ ਜਾਏ। ਚਿੰਤਾ ਹਟ ਜਾਂਦੀ ਏ ਚਰਨਾਂ ਵਿੱਚ ਚਿੱਤ ਜੇ ਜੁੜ ਜਾਏ। ਚਿੰਤਾ ਹਟ ਜਾਂਦੀ ਚਰਨਾਂ ਵਿੱਚ ਚਿੱਤ ਜੇ ਜੁੜ ਜਾਏ। 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 ਚਰਨਾਂ ਹਟ ਜਾਂਦੀ ਏ ਚਰਨਾਂ ਵਿੱਚ ਚਿੱਤ ਜੇ ਜੁੜ ਜਾਏ। ਚਰਨਾਂ ਹਟ ਜਾਂਦੀ ਏ ਚਰਨਾਂ ਵਿੱਚ ਚਿੱਤ ਜੇ ਜੁੜ ਜਾਏ। ਪਾਤਸ਼ਾਹ ਜੀ ਕਹਿੰਦੇ, ਚਿੰਤਤ ਹੀ ਦੀਸੈ ਸਭ ਕੋਏ। ਜਿੰਨੇ ਅਸੀਂ ਬੈਠੇ ਹਾਂ ਨਾ, ਚਿੰਤਾ ਦੀਆਂ ਪੰਡਾਂ ਆ, ਆਠੋ ਸਤਨਾਮ ਵਾਹਿਗੁਰੂ। ਕੀ ਕਹਿੰਦੇ ਪਾਤਸ਼ਾਹ? ਚਿੰਤਤ ਹੀ ਦੀਸੈ ਸਭ ਕੋਏ। ਸਾਧ ਨੂੰ ਇਹ ਚਿੰਤਾ ਪਤਾ ਨੀ ਮੁਕਤੀ ਮਿਲਣੀ ਕਿ ਨਹੀਂ, ਪਤਾ ਨੀ ਪਾਰ ਉਤਾਰਾ ਹੋਣਾ ਵੀ ਕਿ ਨਹੀਂ। ਗ੍ਰਿਸ਼ਤੀ ਨੂੰ ਇਹ ਫਿਕਰ ਆ, ਪਤਾ ਨੀ ਮਾਇਆ ਗੁਜ਼ਾਰੇ ਜੋਗੀ ਇਕੱਠੀ ਹੋਣੀ ਵੀ ਕਿ ਨਹੀਂ। ਆਖੋ ਸਤਨਾਮ ਵਾਹਿਗੁਰੂ। ਖਿਆਲ ਰੱਖਣਾ, ਲੋਭੀ ਮਾਇਆ ਦੇ ਪਿੱਛੇ ਪਿੱਛੇ ਨਸਾ ਹੋਇਆ, ਉਸਦਾ ਵੀ ਦਮ ਟੁੱਟ ਗਿਆ। ਤਿਆਗੀ ਮਾਇਆ ਦੇ ਅੱਗੇ ਅੱਗੇ ਦੌੜਿਆ ਵੀ ਕਿਤੇ ਮਾਇਆ ਮਾਰ ਨਾ ਜਾਏ। ਆਖੋ ਸਤਨਾਮ ਵਾਹਿਗੁਰੂ। ਦੋਨਾਂ ਦਾ ਦਮ ਟੁੱਟ ਗਿਆ, ਇੱਕ ਦਾ ਅੱਗੇ ਅੱਗੇ ਦੌੜਦੇ ਟੁੱਟ ਗਿਆ ਵੀ ਕਿਤੇ ਮਾਇਆ ਦੇ ਕਾਬੂ ਨਾ ਆ ਜਾਈਏ, ਇੱਕ ਦਾ ਟੁੱਟ ਗਿਆ ਕਿ ਮਾਇਆ ਕਿਤੇ ਹੱਥ ਆ ਜਾਏ, ਦੋਨਾਂ ਦਾ ਹੀ ਦਮ ਟੁੱਟ ਗਿਆ। ਆਖੋ ਸਤਨਾਮ ਵਾਹਿਗੁਰੂ। ਤੇ ਮਾਲਕ ਕਹਿੰਦੇ, ਦੌੜਨਾ ਟਿਕ ਜਾ, ਟਿਕ ਜਾ, ਗੁਰਬਿਨ ਮਨ ਵਾ ਨਾ ਟਿਕੈ, ਫਿਰ ਯੂਨੀ ਪਾਏ। ਆ ਦੇਖ, ਸਤਿਗੁਰ ਕਹਿੰਦੇ ਟਿਕ ਜਾ, ਟਿਕਣ ਦੇ ਨਾਲ ਗੱਲ ਬਣਨੀ ਆ, ਦੌੜਨ ਦੇ ਨਾਲ ਨਹੀਂ ਗੱਲ ਬਣਨੀ। ਇੱਕ ਬੇਨਤੀ ਕਰਾਂ, ਸਾਰੀ ਜ਼ਿੰਦਗੀ ਇਹ ਮਨ ਤੁਹਾਨੂੰ ਦੌੜਾਉਂਦਾ ਰਹਿੰਦਾ, ਸਾਨੂੰ ਦੌੜਾਉਂਦਾ ਰਹਿੰਦਾ। ਪਹਿਲਾਂ ਤੇ ਸੰਸਾਰ ਵੱਲ ਦੌੜਦਾ ਸੀ, ਸੰਸਾਰ ਸਾਜਣ ਲਈ। ਜਦੋਂ ਪਤਾ ਲੱਗਾ, ਹੁਣ ਪਾਣੀ ਵੀ ਨਹੀਂ ਪੁੱਛਦੇ, ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ। ਜਦੋਂ ਪਤਾ ਲੱਗਾ ਤੇ ਗੋਡੇ ਗਾਡੇ ਰਹਿ ਗਏ, ਹੁਣ ਪਾਣੀ ਵੀ ਨਹੀਂ ਪੁੱਛਦੇ, ਰੋਟੀ ਵੀ ਨਹੀਂ ਵੇਲੇ ਸਿਰ ਪੁੱਛਦੇ, ਫਿਰ ਹੁਣ ਇਹ ਬਾਖਰੂ ਕਰਨ ਲੱਗਾ ਵੀ ਸ਼ਾਇਦ ਮੁਕਤੀ ਮਿਲ ਜਾਏ। ਹੁਣ ਇਹ ਰੱਬ ਵੱਲ ਨੂੰ ਦੌੜਨ ਲੱਗਾ, ਮਿਲਣਾ ਇਹਨੂੰ ਇੱਥੋਂ ਵੀ ਕੱਖ ਨਹੀਂ। ਪਹਿਲਾਂ ਦੁਨੀਆਂ ਵੱਲ ਦੌੜਦਾ ਸੀ ਤਾਂ ਵੀ ਇਹਨੂੰ ਕੱਖ ਨਹੀਂ ਮਿਲਿਆ, ਹੁਣ ਇਹ ਦਾਤੇ ਵੱਲ ਦੌੜਦਾ, ਮਿਲਣਾ ਇਹਨੂੰ ਹੁਣ ਵੀ ਕੱਖ ਨਹੀਂ। ਕਿਉਂਕਿ ਮਨ ਇੱਕੋ ਹੀ ਕੰਮ ਕਰਦਾ ਸਾਡੇ ਲਈ, ਦਿੰਦਾ ਲੈਂਦਾ ਕੱਖ ਨਹੀਂ, ਸਿਰਫ ਦੌੜ ਲਵਾਉਂਦਾ। ਆਖੋ ਸਤਨਾਮ ਵਾਹਿਗੁਰੂ। ਸਿਰਫ ਦੌੜਾਉਂਦਾ ਇਹ ਮਨ। ਸੁਖ ਪਤਾ, ਸੁਖ ਕੌਣ ਰਹਿੰਦਾ, ਸੁਖੀ ਕੌਣ ਰਹਿੰਦਾ? ਇਹ ਸਿੱਖ ਪੁੱਛਦਾ, ਦਾਤਾ ਜੀ ਸੁਖ ਕਹਿੰਦੇ ਕਿਹਨੂੰ ਆ? ਕਦੇ ਇਹ ਸੀ, ਪੁੱਤਰ ਹੋ ਜਾਣਗੇ ਸੁਖ ਹੋ ਜਾਊ, ਧਨ ਹੋ ਜਾਏਗਾ ਸੁਖ ਹੋ ਜਾਊ, ਕਿਤੇ ਕੋਠੀ ਬਣ ਜਾ ਸੁਖ ਹੋ ਜਾਊ, ਪੁੱਤ ਬਾਹਰ ਚਲੇ ਜਾਊ ਸੁਖ ਹੋ ਜਾਊ, ਮਿਲਿਆ ਤੇ ਫਿਰ ਵੀ ਨਹੀਂ ਸੁਖ, ਚੀਜ਼ ਕੀ ਆ? ਤੇ ਮਾਲਕ ਨੇ ਕਿਹਾ ਸੀ, ਸੇਵਕ ਜੀ ਉਸਨੂੰ ਸੁਖ ਕਹਿੰਦੇ ਨੇ, ਫੁਰਨੇ ਜਦ ਮੁੱਕ ਜਾਣ ਮਨ ਤੋਂ,
ਉਸਨੂੰ ਸੁਖ ਕਹਿੰਦੇ ਨੇ ਉਹ ਜਦ ਮੁੱਕ ਜਾਣ ਮਨ ਤੋਂ ਉਹਨੇ ਜਦ ਮੁੱਕ ਜਾਣ ਮਨ ਤੋਂ ਉਸਨੂੰ ਸੁਖ ਕਹਿੰਦੇ ਨੇ ਉਹਨੇ ਜਦ ਮੁੱਕ ਜਾਣ ਮਨ ਤੋਂ ਉਸਨੂੰ ਸੁਖ ਕਹਿੰਦੇ ਨੇ ਉਹਨੇ ਜਦ ਮੁੱਕ ਜਾਣ ਮਨ ਤੋਂ ਉਸਨੂੰ ਸੁਖ ਕਹਿੰਦੇ ਨੇ ਉਹਨੇ ਜਦ ਮੁੱਕ ਜਾਣ ਮਨ ਤੋਂ ਜਦ ਫੁਰਨਿਆਂ ਤੋਂ ਰਹਿਤ ਮਨ ਹੁੰਦਾ ਇਹ ਮੁਕਤ ਹੁੰਦਾ, ਇਸਨੂੰ ਜੀਵਨ ਮੁਕਤ ਕਹਿੰਦੀ ਬਾਣੀ। ਜਿਉਂ ਹੀ ਫੁਰਨਾ ਆ ਜਾਂਦਾ ਇਹ ਵੱਜ ਜਾਂਦਾ ਅੱਠ ਸਤਨਾਮ। ਵਾਹਿਗੁਰੂ, ਇਹ ਵੀ ਤਾਂ ਫੁਰਨਾ ਹੀ ਹੈ ਨਾ, ਵੀ ਸਵਰਗ ਮਿਲ ਜਾਏ ਸੱਚਖੰਡ ਮਿਲ ਜਾਏ, ਇਹ ਵੀ ਤਾਂ ਫੁਰਨਾ ਹੀ ਹੈ ਨਾ। ਇੱਕ ਸੋਨੇ ਦੀ ਕੜੀ ਇੱਕ ਲੋਹੇ ਦੀ ਕੜੀ ਹੈ, ਫੁਰਨਾ ਹੀ ਛੱਡ ਦੇ ਤੂੰ, ਗੱਲ ਕੀ ਆ। ਤੇ ਪਾਤਸ਼ਾਹ ਕਹਿੰਦੇ ਮੇਰੇ ਮਾਧੋ ਜੀ ਜਿਵ ਰੱਖ ਤੇ ਵਰਈ ਹੈ, ਜਿਵੇਂ ਰੱਖੋਗੇ ਉਵੇਂ ਆਨੰਦ ਚ ਅੱਠ ਸਤਨਾਮ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਸਤਿਗੁਰ ਕਹਿਣ ਲੱਗੇ, ਕਹਿੰਦੇ ਲਾਲ ਜੀ ਜੇ ਤੁਹਾਨੂੰ ਨਰਕ ਨੂੰ ਭੇਜ ਦਈਏ। ਕਹਿੰਦੇ ਮਹਾਰਾਜ ਭੇਜ ਦਿਓ, ਇਹਦੀ ਬੜੀ ਖੁਸ਼ੀ ਹੈ। ਕਹਿੰਦੇ ਹੱਦ ਹੋ ਗਈ, ਇੰਨੀ ਦੇਰ ਹੋ ਗਈ ਸਾਡੇ ਕੋਲ ਰਹਿੰਦੇ, ਤੂੰ ਨਰਕ ਨੂੰ ਚੱਲ ਗਿਆ, ਤੈਨੂੰ ਕੋਈ ਹਰਖ ਨਹੀਂ। ਕਹਿੰਦੇ ਮੈਨੂੰ ਤਾਂ ਕੋਈ ਗਿਲਾ ਨਹੀਂ, ਉਹ ਤਾਂ ਜਾਣਦੇ ਸੀ ਪਾਤਸ਼ਾਹ ਤੇ ਜਾਣਦੇ ਸੀ ਬ੍ਰਹਮ ਗਿਆਨੀ ਹੈ ਨੰਦ ਲਾਲ, ਅਵਸਥਾ ਬਹੁਤ ਉੱਚੀ ਹੈ, ਸਾਡੇ ਵਰਗਿਆਂ ਨੂੰ ਦੱਸਦੇ ਸੀ। ਕਹਿੰਦੇ ਹੱਦ ਹੋ ਗਈ, ਦੱਸੇਗਾ ਕਿਉਂ? ਕਹਿੰਦੇ ਦਾਤਾ ਜੀ ਆਪ ਜੀ ਸਾਧ ਸੰਗਤ ਵਿੱਚ ਬਚਨ ਕਰਦੇ ਹੁੰਦੇ ਹੋ, ਜਿੱਥੇ ਸਾਨੂੰ ਸੇਵਕ ਯਾਦ ਕਰਦਾ ਸਾਨੂੰ ਉੱਥੇ ਜਾਣਾ ਪੈਂਦਾ, ਤੇ ਅਸੀਂ ਜਿੱਥੇ ਰਹਾਂਗੇ ਤੈਨੂੰ ਹੀ ਯਾਦ ਕਰਨਾ, ਤੁਹਾਨੂੰ ਆਉਣਾ ਹੀ ਪੈਣਾ, ਉੱਥੇ ਤਾਂ ਸੱਚਖੰਡ ਆਪੇ ਆ ਗਿਆ, ਆਖੋ ਸਤਨਾ। ਵਾਹਿਗੁਰੂ, ਉੱਥੇ ਕਿੱਥੇ ਰਹਿ ਗਿਆ ਨਰਕ, ਜਦੋਂ ਤੁਸੀਂ ਆ ਗਏ ਫਿਰ ਸਭ ਕੁਝ ਹੀ ਆ ਜਾਂਦਾ। ਦੇਖੇ ਨਾ, ਜਿੱਥੇ ਪ੍ਰਧਾਨ ਮੰਤਰੀ ਆ ਜਾਣ, ਜਿੰਨੀ ਐਡਮਿਨਿਸਟ੍ਰੇਸ਼ਨ ਪੱਬਾਂ ਭਾਰ ਹੋਈ ਫਿਰਦੀ, ਸਫਾਈਆਂ ਹੋ ਜਾਂਦੀਆਂ, ਉੱਥੇ ਬੜੇ ਬੜੇ ਸੈਂਟ ਸਾਰੇ ਸੁੱਟਦੇ ਨੇ, ਕਿਉਂ? ਉੱਥੇ ਪ੍ਰਧਾਨ ਮੰਤਰੀ ਆ ਜਾਂਦਾ। ਕਿਤੇ ਸਤਿਗੁਰ ਰੂਪੀ ਪ੍ਰਧਾਨ ਮੰਤਰੀ ਕਿਤੇ ਤੁਹਾਡੇ ਕੋਲ ਆ ਜਾਏ ਤੇ ਉੱਥੇ ਵੀ ਮਹਿਕਾਂ ਹੀ ਆਉਣਗੀਆਂ, ਓਏ ਦੁਨੀਆਂ ਦੇ ਲੋਕੋ ਆਖੋ ਸਤਨਾਮ। ਵਾਹਿਗੁਰੂ, ਈਰਖਾ ਛੱਡਦੇ ਹੋ, ਦੁਆਸ਼ ਛੱਡਦੇ ਹੋ, ਕੱਢੋ ਤਾਂ ਸਹੀ, ਸਮਾਂ ਹੋ ਗਿਆ ਗੁਰਮੁਖੋ ਆਖੋ ਸਤਨਾਮ। ਵਾਹਿਗੁਰੂ, ਕੱਲ ਫਿਰ ਕੁਛ ਅੰਸ਼ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹਨਾਂ ਦੇ ਨਿਮਿਤ ਇਹ ਜਿਹੜਾ 350ਵਾਂ ਗੁਰੂ ਸਾਹਿਬ ਦਾ ਪ੍ਰਕਾਸ਼ ਉਤਸਵ ਹੈ, ਇਹ ਜੋ ਇਕੋਤਰੀ ਸਮਾਗਮ ਹੈ, ਇਹ ਉਹਨਾਂ ਦੇ ਪ੍ਰਥਾਏ ਅਸੀਂ ਰੱਖਿਆ ਹੋਇਆ। ਆਪ ਜੀ ਵੀ ਆਉਂਦੇ ਹੋ ਅੱਜ ਵੱਡੀ ਗਿਣਤੀ 'ਚ, ਮੈਂ ਦੇਖਦਾ ਜੀ ਜਗ੍ਹਾ ਪਿੱਛੇ ਹੈ ਨਹੀਂ। ਇੱਕ ਅਰਦਾਸ ਅੱਜ ਕਰਦੇ ਜਾਣਾ, ਆਓ ਮੈਂ ਆਖਰੀ ਪੰਕਤੀ ਪੜ੍ਹਾਂ। ਜਾਵਾਂ ਬਲਿਹਾਰ ਜਿਹੜੇ ਦਰਸ਼ਨ ਤੇਰਾ ਲੋਚਦੇ, ਜਾਵਾਂ ਬਲਿਹਾਰ ਜਿਹੜੇ ਦਰਸ਼ਨ ਤੇਰਾ ਲੋਚਦੇ, ਬਲਿਹਾਰ ਜਿਹੜੇ ਦਰਸ਼ਨ ਤੇਰਾ ਲੋਚਦੇ, ਜਾਵਾਂ ਬਲਿਹਾਰ ਜਿਹੜੇ ਦਰਸ਼ਨ ਤੇਰਾ ਲੋਚਦੇ, ਜਾਵਾਂ ਬਲਿਹਾਰ ਜਿਹੜੇ ਦਰਸ਼ਨ ਤੇਰਾ ਲੋਚਦੇ, ਜਾਵਾਂ ਬਲਿਹਾਰ ਜਿਹੜੇ ਦਰਸ਼ਨ ਤੇਰਾ ਲੋਚਦੇ, 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 ਜਾਵਾਂ ਬਲਿਹਾਰ ਜਿਹੜੇ 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 ਦਰਸ਼ਨ ਤੇਰਾ ਲੋਚਦੇ। ਸਤਿਗੁਰ ਕਹਿੰਦੇ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ,
ਕਦੇ ਲੋਚਿਆ ਇਹਨੂੰ ਪੁੱਛਣਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੈ ਚਾਤਰਕ ਕੀ ਨਿਆਈ ਪਤਾ ਕਿਉਂ ਚਾਤਰਕ ਨੂੰ ਕਿਹਾ ਚਾਤਰਕ ਸਿਰਫ ਉਹ ਜਿਹੜੀ ਅੰਮ੍ਰਿਤ ਬੂੰਦ ਹੈ ਸੁਆਂਤੀ ਬੂੰਦ ਹੈ ਉਸਨੂੰ ਹੀ ਪੀਂਦਾ ਹਾਲਾਂਕਿ ਸਰੋਵਰ ਭਰੇ ਹੋਏ ਨੇ ਦਰਿਆ ਭਰੇ ਹੋਏ ਨੇ ਸਮੁੰਦਰ ਭਰੇ ਹੋਏ ਨੇ ਨਦੀਆਂ ਭਰੀਆਂ ਹੋਈਆਂ ਨੇ ਅੱਖ ਨਹੀਂ ਉਸ ਪਾਸੇ ਨੂੰ ਕਰਦਾ ਪਰ ਉਹਦੇ ਇੱਕ ਤੇ ਨਿਗਾਹ ਟਿਕੀ ਹੋਈ ਹੈ ਸੁਆਂਤੀ ਬੂੰਦ ਤੇ ਇਵੇਂ ਹੀ ਸਿੱਖ ਦੀ ਨਿਗਾਹ ਕਿਤੇ ਆਪਣੇ ਸਤਿਗੁਰ ਦੇ ਚਰਨਾਂ ਤੇ ਟਿਕ ਜਾਏ ਆਖੋ ਸਤਨਾਮ ਵਾਹਿਗੁਰੂ ਸੁਤਨਵਾਦੀ ਹਾਂ ਆਪ ਜੀ ਨੀਂਦ ਤਿਆਗ ਕੇ ਇਸ ਚਾਰਪਾਈ ਦਾ ਸੁੱਖ ਤਿਆਗ ਕੇ ਆਪ ਜੀ ਗੁਰੂ ਚਰਨਾਂ ਵਿੱਚ ਆਉਂਦੇ ਹੋ ਸਤਿਗੁਰ ਆਪ ਜੀ ਸੇਵਾ ਨੂੰ ਥਾਏ ਪਾਉਣ ਇਹ ਸਮਾਂ ਸਦਾ ਨਹੀਂ ਮਿਲਦਾ ਮੈਂ ਬੇਨਤੀ ਕਰਾਂ ਜੋ ਆਪ ਜੀ ਦੇਖ ਰਹੇ ਹੋ ਕਦੇ 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 ਅੰਮ੍ਰਿਤ ਦੀ ਵਰਖਾ ਹੁੰਦੀ ਕਦੇ ਕਦੇ ਸਤਿਗੁਰ ਕਿਰਪਾ ਕਰਨ ਪ੍ਰੇਮ ਨਾਲ ਆਉਣਾ ਤੇ ਪ੍ਰੇਮ ਨਾਲ ਜਾਣਾ ਇਹਨਾਂ ਬੱਚਿਆਂ ਨੂੰ ਸਮਝਾਉਣਾ ਸਿੱਖੀ ਬਾਰੇ ਆਖੋ ਸਤਨਾਮ ਵਾਹਿਗੁਰੂ ਇਹਨਾਂ ਨੂੰ ਸਮਝਾਉਣਾ ਸੱਚ ਬਾਰੇ ਇਹਨਾਂ ਨੂੰ ਸਮਝਾਉਣਾ ਪ੍ਰੇਮ ਕਿਵੇਂ ਸਾਰਿਆਂ ਨਾਲ ਹੀ ਕਰੀਦਾ ਸਾਰੇ ਹੀ ਸਾਂਝੀ ਵਾਲ ਨੇ ਇੱਥੇ ਕੋਈ ਵਾਰਾ ਨਹੀਂ ਆਖੋ ਸਤਨਾਮ ਵਾਹਿਗੁਰੂ ਅਜਿੰਨੇ ਅਸੀਂ ਬੈਠੇ ਹਾਂ ਇੱਕ ਦੇ ਹੀ ਬਣਾਏ ਹੋਏ ਨੇ ਨਾ ਇੱਕ ਤਾਂ ਬਣਾਇਆ ਦੋ ਤਾਂ ਰੱਬ ਨਹੀਂ ਵੀ ਤੁਸੀਂ ਅਲੱਗ ਬਣਾਏ ਅਸੀਂ ਅਲੱਗ ਬਣਾਏ ਹਾਂ ਨਹੀਂ 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 ਇਹ ਸਭ ਇੱਕ ਦੀ ਜੋਤ ਹੈ ਇੱਕ ਦਾ ਹੀ ਪਸਾਰਾ ਹੈ ਬਸ ਉਸਦੇ ਖੇਡ ਨੂੰ ਦੇਖੋ ਕਿਵੇਂ ਖੇਡਦਾ ਆਖੋ ਸਤਨਾਮ ਵਾਹਿਗੁਰੂ ਸਮਾਂ ਹੋ ਗਿਆ ਆਓ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਕਾਹਲੀ ਨਹੀਂ ਕਰਨੀ ਭਾਵੇਂ ਪੰਜ ਚਾਰ ਮਿੰਟਾਂ ਦੀ ਗੱਲ ਹੁੰਦੀ ਹੈ ਸਤਿਗੁਰ ਦੇ ਸਤਿਕਾਰ ਜ਼ਰੂਰ ਕਰਨਾ ਦਸਾਂ ਮਿੰਟਾਂ ਨਾਲ ਬਹੁਤਾ ਫਰਕ ਪੈਣ ਵਾਲਾ ਨਹੀਂ ਉੱਥੇ ਕਿਤੇ ਜਾਮ ਲੱਗਾ ਹੋਵੇ ਤਾਂ ਸਾਰੀ ਸਾਰੀ ਰਾਤ ਮੈਂ ਲੋਕ ਕੱਟਦੇ ਦੇਖੇ ਨੇ ਆਖੋ ਸਤਨਾਮ ਵਾਹਿਗੁਰੂ ਜ਼ਿੰਦਗੀ ਦੇ ਜਾਮ ਨੂੰ ਤੋੜਦੇ ਹੋਏ ਦੁਨੀਆਂ ਦੇ ਲੋਕੋ ਜ਼ਿੰਦਗੀ ਦਾ ਜਾਮ ਲਗਾ ਦਿੱਤਾ ਮਾਇਆ ਨੇ ਅੱਗੇ ਸਤਿਗੁਰ ਦੇ ਹੋ ਜਾਓ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਕੁਛ ਕਰਨ ਦੀ ਲੋੜ ਨਹੀਂ ਮੈਂ ਬੇਨਤੀ ਕਰਾਂ ਰੇਲਵੇ ਸਟੇਸ਼ਨ ਤੇ ਚਲ ਜਾਓ ਸਿਰਫ ਇੱਕ ਟਿਕਟ ਲੈਣ ਦੀ ਲੋੜ ਆ ਰੇਲ ਲਾਈਨ ਰੇਲਵੇ ਲਾਈਨ ਤੁਸੀਂ ਬਣਾਉਂਦੇ ਹੋ ਗੱਡੀ ਤੁਸੀਂ ਬਣਾਈ ਉਸ ਵੇਲੇ ਜਾਣ ਲਈ ਉਹ ਤੇ ਸਰਕਾਰ ਬਣਾਈ ਬੈਠੀ ਹੈ ਇਵੇਂ ਸੱਚੀ ਸਰਕਾਰ ਨੇ ਵੀ ਬਣਾਇਆ ਹੋਇਆ ਸਭ ਕੁਝ ਤੂੰ ਸਤਿਗੁਰ ਦੇ ਨਾਮ ਦਾ ਟਿਕਟ ਲੈ ਲਾ ਤੂੰ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਜਾ ਬਾਕੀ ਗੁਰੂ ਨੇ ਕਰ ਲੈਣਾ ਆਖੋ ਸਤਨਾਮ ਵਾਹਿਗੁਰੂ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਨਾ ਪਾਇਆ ਨਾ ਪਾਇਆ ਸਹਿਜ ਸਰਬਈ ਮਨ ਬੰਦੀਆਂ ਬਤਾਈਆਂ ਰਤਨ ਭਰਵਾਨ ਕਰੀਆਂ ਸ਼ਬਦ ਦਾ ਬਣਿਆਈਆਂ ਗੁਰਮਤਾਰੋ ਰਵੀ ਕੇਰਾ ਮਨ ਕਿਵੇਂ ਬਸਾਇਆ ਆਨੰਦ ਹੋਆ ਸਤਿਗੁਰੂ ਨੇ ਪਾਇਆ ਮੇਰਿਆ ਤੂੰ ਸਦਾ ਰਹੋ ਹਰਨਾਲੇ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਕਰੇ ਤੇਰਾ ਕਾਰਜ ਸਭ ਸੁਵਾਰਣਾ ਸੋਮੀ ਸੋ ਜੋ ਮਨੋ ਵਿਸਾਰੇ ਮੇਰੇ ਸਦਾ ਰਹੋ ਹਰਨਾਲੇ ਸੱਚ ਸਰਵਾ ਕਿਆ ਨਹੀਂ ਕਰ ਤੇਰਾ ਤੇਰਾ ਸੰਵਿਸ਼ਨ ਜਿਸ ਤੇ ਹੈ ਸੋ ਪਾਵੇ ਸੁਲਾ ਤੇਰੀ ਨਾਮ ਮਨ ਵਸਾਵੇ ਨਾਮ ਚਿੰਤ ਮਨ ਵਸਿਆ ਬਾਜੇ ਸ਼ਬਦ ਕਨੇਰੇ ਸੱਚ ਸਾਹਿਬ ਗਿਆਨ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ
ਸਚ ਨਾਮ ਆਧਾਰ ਮੇਰਾ ਜਿਨ ਖੁਖਾਸਾ ਭਗਵਾਨਿਆ ਕੁਰਬਾਨ ਕੀਤਾ ਗੁਰ ਮਿਟਮੋ ਜਿਸ ਦੀ ਆਈ ਬਣਿਆਇਆ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੀ ਪੰਜ ਸ਼ਬਦ ਚਿਤ ਕਾਰਸ ਪਾਗੈ ਸ਼ਬਦ ਬਾਜੇ ਕਲਾ ਜਿਤ ਕਰਤਾਰਿਆ ਪੰਜ ਦੂਤ ਦਿਵਸ ਜਿਤ ਕਾਲ ਕੰਟਕ ਮਾਰਿਆ ਪਾਇਆ ਬੁੱਧ ਜਿਨ ਪਾਸੇ ਨਾਮ ਹਰ ਕੈ ਲਾਗੇ ਸਗਲ ਮਨੋਰਥ ਪੂਰੇ ਸਗਲ ਸੂਰੇ ਸੁਣੀ ਸੱਚੀ ਬਾਣੀ ਪੂਰੇ ਗੁਰਤੇ ਜਾਣੀ ਸਤਿਗੁਰ ਰਹਿਆ ਪਰ ਪੂਰੇ ਚਰਨ ਲਾਗੇ ਬਾਜੇ ਅਨਹਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਖਿਲੈ ਸਗਲ ਜਗਤ ਵਾਜੈ ਧਰਮ ਦੂਰ ਆਪਣੀ ਕੇ ਨੇੜੇ ਕੇ ਦੂਰ ਪ੍ਰੇਮ ਸਖਤ ਕਾਲ ਖੇਤੀ ਛੁੱਟੀ ਨਾਲ ਪ੍ਰੇਮ ਸਖਤ ਕਾਲ ਕਿਹੜੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।